ਇੱਕ ਮੁੱਦਾ ਹੈਗਾ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਰਸਤੇ ਨੂੰ ਜਿਹੜੇ ਬੁੱਤ ਲੱਗੇ ਨੇ ਉਹਨਾਂ ਦੇ ਸੰਬੰਧ ਵਿੱਚ ਦੂਸਰਾ ਸੀਗਾ ਮੁੱਦਾ ਕਿ ਜਿਹੜਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕਮਲ ਦੇ ਫੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਤੀਸਰਾ ਮੁੱਦਾ ਜਲਿਆਂਵਾਲੇ ਬਾਗ ਦੇ ਨਾਲ ਸੰਬੰਧਿਤ ਸੀਗਾ ਸਰਕਾਰ ਕਹਿੰਦੀ ਹੈ ਕਿ ਪ੍ਰਸ਼ਾਸਨ ਸੁਣਨ ਵਿੱਚ ਆਇਆ ਸਿੰਘਾਂ ਨੇ ਦੱਸਿਆ ਕਿ 26 ਤੋਂ ਬਾਅਦ 26 ਤੋਂ ਬਾਅਦ ਵਾਲੀ ਅਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਉਦੋਂ ਤੱਕ ਉਡੀਕ ਨਹੀਂ ਕੀਤੀ ਜਾ ਸਕਦੀ ਇਸ ਜਿਹੜੀ ਸਿੰਘਾਂ ਨੇ ਕਕਾਰਾਂ ਦੀ ਬੇਅਦਬੀ ਕੀਤੀ ਉੱਥੇ ਨੰਗੇ ਕੀਤਾ ਗਿਆ ਉਹਨਾਂ ਕਕਾਰ ਲਾਏ ਗਏ ਨੇ ਉਹ ਉਦੋਂ ਮੰਦ ਭਾਗੀ ਆ ਜਿਹੜਾ ਨੌਜਵਾਨ ਹੈ ਉਹਨੂੰ ਐਕਸ਼ਨ ਦਾ ਰਿਐਕਸ਼ਨ ਹੋਇਆ ਵਾ ਉਹਦਾ ਕਾਰਨ ਇਹ ਆ ਵੀ ਬੋਲੇ ਕਰਨ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਤਰੀਕਾ ਹੈ ਨਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਜਦੋਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਹੁੰਦਾ ਕੋਈ ਕਾਰਵਾਈ ਹੁੰਦੀ ਹੈ ਤਾਂ ਚੱਕ ਕੇ ਨਾਲ ਦੀ ਨਾਲ 307 ਦੇ ਪਰਚੇ ਦਰਜ ਕਰ ਦਿੱਤੇ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਅੰਮ੍ਰਿਤਸਰ ਦੇ ਵਿੱਚ ਅਹਿਮ ਮੀਟਿੰਗ ਹੋਈ ਆ ਅਹਿਮ ਮੀਟਿੰਗ ਵਿੱਚ ਮੁੱਦੇ ਜਿਹੜੇ ਰੱਖੇ ਗਏ ਆ ਤਿੰਨ ਮੁੱਦਿਆਂ 'ਤੇ ਗੱਲਬਾਤ ਹੋਈ ਆ ਸ਼ਹੀਦ ਊਧਮ ਸਿੰਘ ਦੇ ਬੁੱਤ ਜਿਹੜਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਲੱਗਾ ਉਹ ਦੇ ਅੱਗੇ ਇੱਕ ਕਮਰਾ ਬਣਾ ਦਿੱਤਾ ਗਿਆ ਉਹਨੂੰ ਢੱਕ ਦਿੱਤਾ ਗਿਆ ਉਹਦੇ ਵਾਸਤੇ ਜੇ ਆਪਾਂ ਰੇਲਵੇ ਸਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਰੇਲਵੇ ਸਟੇਸ਼ਨ ਦੀ ਦਿੱਖ ਬਦਲੀ ਜਾ ਰਹੀ ਉਹਦੇ ਵਾਸਤੇ ਅਤੇ ਇੱਕ ਵੱਡੀ ਗੱਲ ਜਿਹੜੀ ਕਿ 3-4 ਦਿਨ ਤੋਂ ਕੁਛ ਨੌਜਵਾਨਾਂ ਵੱਲੋਂ ਬੁੱਤ ਢਾਏ ਗਏ ਸੀ ਬੁੱਤ ਤੋੜੇ ਗਏ ਸੀ ਉਹਨਾਂ ਦੇ 307 ਦੇ ਪਰਚੇ ਦਰਜ ਹੋ ਜਾਂਦੇ ਆ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਇੱਕ ਵੱਡੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਆਪਾਂ ਵੱਖੋ ਵੱਖਰੇ ਵੀਰਾਂ ਦੇ ਵਿਚਾਰ ਸੁਣੇ ਸੀ ਪ੍ਰੋਫੈਸਰ ਸਾਹਿਬ ਸਾਡੇ ਨਾਲ ਹੈਗੇ ਆ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਅਤੇ ਨਾਲ ਮਹਾਵੀਰ ਜੀ ਸਾਡੇ ਨਾਲ ਹੈਗੇ ਆਪਾਂ ਉਹਨਾਂ ਨਾਲ ਫਤਿਹ ਸਾਂਝ ਪਾਉਂਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਆ ਅਗਲਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ 22 ਤਰੀਕ ਨੂੰ ਕਿਹੋ ਜਿਹਾ ਉਹਦੇ ਸਿੱਟ ਅੱਗੇ ਆ ਸਕਦਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚੋਂ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਆਏ ਨੇ ਔਰ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਸਾਰਿਆਂ ਦੀ ਸੋਚ ਲਗਭਗ ਇੱਕੋ ਹੀ ਸੀਗੀ ਜਿਹੜੇ ਸਾਡੇ ਸਾਹਮਣੇ ਤਿੰਨ ਮੁੱਦੇ ਨੇ ਇਸ ਵੇਲੇ ਇੱਕ ਮੁੱਦਾ ਹੈਗਾ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਰਸਤੇ ਨੂੰ ਜਿਹੜੇ ਬੁੱਤ ਲੱਗੇ ਨੇ ਉਹਨਾਂ ਦੇ ਸੰਬੰਧ ਵਿੱਚ ਦੂਸਰਾ ਸੀਗਾ ਮੁੱਦਾ ਕਿ ਜਿਹੜਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕਮਲ ਦੇ ਫੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਤੀਸਰਾ ਮੁੱਦਾ ਜਲਿਆਂਵਾਲੇ ਬਾਗ ਦੇ ਨਾਲ ਸੰਬੰਧਿਤ ਸੀਗਾ ਸੋ ਇਹ ਤਿੰਨਾਂ ਮੁੱਦਿਆਂ ਉੱਤੇ ਬੜੇ ਵਿਸਤ੍ਰਿਤ ਤਰੀਕੇ ਦੇ ਨਾਲ ਜਥੇਬੰਦੀਆਂ ਨੇ ਇੱਕ ਆਪਣੀ ਰਾਏ ਦਿੱਤੀ ਹੈ ਅਤੇ ਉਹਦੇ ਵਾਸਤੇ ਅਗਲਾ ਪ੍ਰੋਗਰਾਮ ਉਲੀਕਣ ਲਈ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਅੰਮ੍ਰਿਤਸਰ ਵਿਖੇ 22 ਤਰੀਕ ਨੂੰ ਸਵੇਰੇ 11:30-12 ਵਜੇ ਇੱਕ ਸੱਦਾ ਦਿੱਤਾ ਹੈ ਕਿ ਸਾਰੇ ਉੱਥੇ ਸ਼ਾਮਿਲ ਹੋਣ ਜਿੱਥੇ ਤੱਕ ਇਹਨਾਂ ਬੁੱਤਾਂ ਦਾ ਸਵਾਲ ਹੈ ਮੈਂ ਇਹਦਾ ਇਤਿਹਾਸਿਕ ਪਰਿਪੇਖ ਵਿੱਚ ਜਾ ਕੇ ਗੱਲ ਕਰਨਾ ਚਾਹਾਂਗਾ ਕਿ ਇਹ ਜਿਹੜੇ ਬੁੱਤ ਲਗਾਏ ਗਏ ਨੇ ਜਿਹਨਾਂ ਦੀ ਕਿ ਸਾਡੀ ਵਿਰਾਸਤ ਨਾਲ ਮੈਚਿੰਗ ਨਹੀਂ ਹੁੰਦੀ ਬਲਕਿ ਸਾਡੀ ਵਿਰਾਸਤ ਨੂੰ ਤੋੜ ਭੰਨ ਕੇ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਇੰਨੇ ਸਾਲਾਂ ਤੋਂ ਇਹ ਜਿਹੜੇ ਬੁੱਤ ਲਗਾਏ ਗਏ ਸੀਗੇ ਇਹ ਅਕਾਲੀ ਸਰਕਾਰ ਦੇ ਵੇਲੇ ਇਹ ਬੁੱਤ ਲਗਾਏ ਗਏ ਸੀਗੇ ਔਰ ਉਸ ਵੇਲੇ ਜਿਸ ਵੇਲੇ ਇਲੈਕਸ਼ਨ ਸੀਗੀ 2017 ਦੀ ਇਲੈਕਸ਼ਨ ਸੀਗੀ ਉਸ 2017 ਦੀ ਇਲੈਕਸ਼ਨ ਵਿੱਚ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਰੇ ਟੀਮ ਨੇ ਇਹਨਾਂ ਬੁੱਤਾਂ ਦਾ ਪੂਰਾ ਸਿਆਸੀ ਲਾਹਾ ਲੈਣ ਵਾਸਤੇ ਆਪਣੇ ਮੈਨੀਫੈਸਟੋ ਦੇ ਵਿੱਚ ਰੱਜ ਕੇ ਪ੍ਰਚਾਰ ਕੀਤਾ ਸੀਗਾ ਕਿ ਅਸੀਂ ਇਹ ਬੁੱਤ ਲਵਾਏ ਨੇ ਅਤੇ ਅਸੀਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਵਾਤਾਵਰਣ ਨੂੰ ਸੁੰਦਰੀਕਰਨ ਕੀਤਾ ਵਿਰਾਸਤੀ ਤਰੀਕੇ ਨਾਲ ਸੁੰਦਰੀਕਰਨ ਕੀਤਾ ਲੇਕਿਨ ਹਕੀਕਤ ਤਾਂ ਇਹ ਹੈ ਕਿ ਇਹ ਸੁੰਦਰੀਕਰਨ ਨਹੀਂ ਕੀਤਾ ਗਿਆ ਇਹਦਾ ਅਸੀਂ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਬਲਕਿ ਸਾਰੇ ਨੁਕਸਾਨ ਹੀ ਹੋਏ ਨੇ ਕਿਉਂਕਿ ਉੱਥੇ ਜੋ ਕੁਛ ਵੀ ਬੁੱਤ ਲਗਾਏ ਗਏ ਨੇ ਉਹਨਾਂ 'ਚ ਬਹੁਤਾਤ ਜਿਹੜੀ ਹੈ ਬੁੱਤਾਂ ਦੀ ਉਹ ਸਾਡੀ ਸਿੱਖ ਵਿਰਾਸਤ ਦੇ ਨਾਲ ਸਿੱਖ ਸੱਭਿਆਚਾਰ ਦੇ ਨਾਲ ਸਿੱਖ ਕਲਚਰ ਦੇ ਨਾਲ ਉਹ ਮੇਲ ਨਹੀਂ ਖਾਂਦੀ ਤਾਂ ਉੱਥੇ ਜੋ ਕੁਛ ਵੀ ਨੌਜਵਾਨਾਂ ਨੇ ਕੀਤਾ ਪਹਿਲੀ ਗੱਲ ਤਾਂ ਹੈਗੀ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਉੱਦਮ ਕੀਤਾ ਉਪਰਾਲਾ ਕੀਤਾ ਇਹਨਾਂ ਸਾਰੇ ਬੁੱਤਾਂ ਨੂੰ ਤੋੜਨ ਵਾਸਤੇ ਅਤੇ ਨਾਲ ਦੇ ਨਾਲ ਮੈਂ ਇਹ ਕਹਾਂਗਾ ਕਿ ਕੇਵਲ ਅਤੇ ਕੇਵਲ ਉਹਨਾਂ ਬੱਚਿਆਂ ਨੂੰ ਰਿਹਾਅ ਕਰਾਉਣ ਤੱਕ ਸਾਡਾ ਏਜੰਡਾ ਨਹੀਂ ਹੈ ਸਾਡਾ ਏਜੰਡਾ ਹੈਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੁੱਤਾਂ ਨੂੰ ਅਸੀਂ ਕਿਸ ਤਰੀਕੇ ਨਾਲ ਹਟਾਉਣਾ ਹੈ ਉੱਥੇ ਕਿਉਂਕਿ ਇਹ ਬੁੱਤ ਜੋ ਲਗਾਏ ਗਏ ਨੇ ਇਹਦੇ ਪਿੱਛੇ ਡਾਇਰੈਕਟਰ ਹੈਰੀਟੇਜ ਅਤੇ ਸਰਕਾਰ ਦੇ ਉਹ IAS ਆਫੀਸਰ ਜਿਹੜੇ ਕਿ ਪਲੈਨਿੰਗ ਬਣਾਉਂਦੇ ਨੇ ਸਾਰਾ ਕੁਝ ਉਹਨਾਂ ਦੀ ਸੋਚ ਚੱਲ ਰਹੀ ਹੈ ਕਿ ਦਰਬਾਰ ਸਾਹਿਬ ਦੇ ਰਸਤੇ ਉੱਤੇ ਇਹ ਬੁੱਤ ਬਣਾ ਦਿੱਤੇ ਜਾਣਗੇ ਤਾਂ ਇਹ ਜੋ ਕੁਛ ਵੀ
ਲੋਕ ਇੱਥੇ ਆਉਂਦੇ ਜਾਂਦੇ ਵੇਖਣਗੇ ਉਹ ਪਰਿਕਰਮਾ ਵਿੱਚ ਜਾ ਕਰਕੇ ਇਹ ਸਮਝਦੇ ਹੋਏ ਕਿ ਇਸ ਹੈਰੀਟੇਜ ਸਟ੍ਰੀਟ ਦੇ ਉੱਤੇ ਦਿਖਾਇਆ ਗਿਆ ਇਸ ਕਰਕੇ ਸਾਨੂੰ ਅੰਦਰ ਜਾ ਕਰਕੇ ਵੀ ਇਹ ਐਕਸ਼ਨਸ ਕਰਨ ਦੀ ਇਜਾਜ਼ਤ ਹੈ ਹੋਰ ਐਸਾ ਹੋਇਆ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੇ ਇਸ ਪ੍ਰਕਾਰ ਦੀਆਂ ਸੈਲਫੀਆਂ ਲਿੱਤੀਆਂ ਗਈਆਂ ਜਿਹਦੇ ਨਾਲ ਕਿ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਜਦਕਿ ਇਹ ਸਾਰਾ ਕੁਝ ਜਿਹੜਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਇਲੈਂਟ ਹੋ ਕੇ ਬੈਠੀ ਹੈ ਮੂਕ ਦਰਸ਼ਕ ਬਣ ਕੇ ਬੈਠੀ ਹੈ ਜਦਕਿ ਉਹਦਾ ਫਰਜ਼ ਬਣਦਾ ਸੀਗਾ ਕਿ ਉਹ ਸਾਡੇ ਧਾਰਮਿਕ ਹੱਕਾਂ ਦੀ ਰਾਖੀ ਕਰੇ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਸਾਡੇ ਸਿਆਸੀ ਹੱਕਾਂ ਦੀ ਰਾਖੀ ਕਰੇ ਲੇਕਿਨ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ ਜਿੱਥੇ ਤੱਕ ਸਵਾਲ ਹੈ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਕਮਲ ਦਾ ਫੁੱਲ ਲਗਾਉਣ ਦੀ ਜਿਹੜੀ ਤਜਵੀਜ਼ ਚੱਲ ਰਹੀ ਹੈ ਜਿਹੜਾ ਸਾਰਾ ਕੁਝ ਸਿਸਟਮ ਬਣਾਇਆ ਜਾ ਰਿਹਾ ਹੈ ਤੋ ਕਮਲ ਦਾ ਫੁੱਲ ਇੱਕ ਕੇਵਲ ਫੁੱਲਾਂ ਦੀ ਇੱਕ ਕਿਸਮ ਨਹੀਂ ਹੈ ਕਮਲ ਦਾ ਫੁੱਲ ਭਾਰਤੀ ਜਨਤਾ ਪਾਰਟੀ ਦੀ ਇੱਕ ਸੋਚ ਦਾ ਪ੍ਰਗਟਾਵਾ ਕਰਦਾ ਹੈ ਹੋਰ ਜਿਹਦੇ ਨਾਲ ਕਿ ਸਿੱਖ ਜਥੇਬੰਦੀਆਂ ਦਾ ਹਮੇਸ਼ਾ ਹੀ ਉਸ ਫੁੱਲ ਦੀ ਸੋਚ ਨਾਲ ਕਮਲ ਦੇ ਫੁੱਲ ਦੀ ਸੋਚ ਨਾਲ ਸਾਡਾ ਟਕਰਾਵ ਰਿਹਾ ਹੈ ਅਤੇ ਉਹ ਟਕਰਾਵ ਰਹੇਗਾ ਵੀ ਆਉਂਦੀ ਦੁਨੀਆ ਤੱਕ ਇਹ ਟਕਰਾਵ ਰਹੇਗਾ ਉਹਦਾ ਕਾਰਨ ਹੈ ਕਿ ਉਹ ਫੁੱਲ ਦੀ ਜਿਹੜੀ ਸੋਚ ਹੈ ਉਸ ਫੁੱਲ ਦੀ ਸੋਚ ਦੀ ਅੱਜ ਇਮੇਜ ਬਣਾ ਕਰਕੇ ਬੱਚਿਆਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਜਨਰੇਸ਼ਨਸ ਦੇ ਮਨ ਦੇ ਵਿੱਚ ਇੱਕ ਇਮੇਜ ਬਿਠਾਈ ਜਾ ਰਹੀ ਹੈ ਕਿ ਇਹ ਫੁੱਲ ਜਿਹੜਾ ਹੈ ਇਹ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਡਿੱਠੇ ਸੱਭੇ ਸਾਉਂ ਨਹੀਂ ਤੁਝੇ ਆ ਉੱਥੇ ਕਮਲ ਦੇ ਫੁੱਲ ਦੀ ਕੋਈ ਵੀ ਹੋਂਦ ਨਹੀਂ ਹੈਗੀ ਸੋ ਅਸੀਂ ਇਸ ਚੀਜ਼ ਦਾ ਵੀ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਅਸੀਂ ਉੱਥੇ ਕਮਲ ਦਾ ਫੁੱਲ ਨਹੀਂ ਬਣਨ ਦੇਵਾਂਗੇ ਇਸੇ ਤਰੀਕੇ ਨਾਲ ਜਿਹੜਾ ਕਿ ਫੁੱਲ ਜਿਹੜਾ ਕਰਤਾਰਪੁਰ ਲਾਂਘੇ ਦੇ ਲਾਗੇ ਬਣਾਇਆ ਗਿਆ ਉਹਦੇ ਵੀ ਅਸੀਂ ਵਿਰੋਧ ਕਰਦੇ ਹਾਂ ਕਹਿਣ ਤੋਂ ਭਾਵ ਹੈਗਾ ਹੈ ਕਿ ਜਿਹੜੀ ਵੀ ਸੋਚ ਜਿਹੜੀ ਹੈ ਉਹ ਸਿੱਖ ਹੀ ਸਿਧਾਂਤਾਂ ਦੇ ਨਾਲ ਟਕਰਾਵ ਕਰੇਗੀ ਅਸੀਂ ਉਹਦਾ ਹਰ ਥਾਂ ਦੇ ਉੱਤੇ ਡਟ ਕੇ ਵਿਰੋਧ ਕਰਾਂਗੇ ਸੁਖਜੀਤ ਸਿੰਘ ਖੋਸਾ ਸਾਡੇ ਨਾਲ ਜੁੜ ਚੁੱਕੇ ਹੈਗੇ ਆ ਪਹਿਲੋਂ ਫਤਿਹ ਸਾਂਝ ਪੰਨੇ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੀਟਿੰਗ ਜਿਹੜੀ ਹੋਈ ਆ ਤਿੰਨ ਮਸਲੇ 'ਚ ਵਿਚਾਰੇ ਗਏ ਆ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੜਾ ਮੰਦਭਾਗਾ ਵਾ ਕਿ ਦਰਬਾਰ ਸਾਹਿਬ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ ਜਾ ਰਿਹਾ ਉਹ ਰੂਹਾਨੀਅਤ ਦਾ ਕੇਂਦਰ ਆ ਉੱਥੇ ਉਹ ਰੂਹਾਨੀਅਤ ਦਾ ਸੱਦਾ ਦਿੱਤਾ ਜਾਂਦਾ ਅਤੇ ਜਿਹੜੇ ਇਹ ਬੁੱਤ ਵਗੈਰਾ ਉੱਥੇ ਲੱਗੇ ਹੋਏ ਆ ਉਹ ਕਿਸੇ ਤਰ੍ਹਾਂ ਵੀ ਰੂਹਾਨੀਅਤ ਦਾ ਮੈਸੇਜ ਨਹੀਂ ਦਿੰਦੇ ਰੂਹਾਨੀਅਤ ਦਾ ਪੈਗਾਮ ਨਹੀਂ ਦਿੰਦੇ ਉਹ ਦੇਖੋ ਦੂਜੇ ਸ਼ਬਦਾਂ ਵਿੱਚ ਉਹ ਸੱਭਿਅਤਾ ਵਾ ਅਤੇ ਗੁਰਮਤ ਵਿੱਚ ਉਹ ਲੱਚਰਤਾ ਆ ਅਤੇ ਉਹ ਲੱਚਰਤਾ ਪਰੋਸ ਰਹੇ ਆ ਉਹਦਾ ਦਰਬਾਰ ਸਾਹਿਬ ਦੇ ਰਸਤੇ ਦੇ ਵਿੱਚ ਜਿਹੜਾ ਲਾਉਣਾ ਉਹ ਮੰਦਭਾਗਾ ਆ ਅਤੇ ਜਿਹੜਾ ਅੱਜ ਦਾ ਇੱਥੇ ਇਕੱਠ ਆ ਇਹ ਉਹਦੇ ਵਿਰੋਧ ਵਿੱਚ ਹੀ ਹੋਇਆ ਅਤੇ ਸਿੰਘਾਂ ਦੇ ਹੱਕ ਵਿੱਚ ਹੋਇਆ ਜਿਹੜਾ ਉਹਨਾਂ ਨੇ ਕੰਮ ਕੀਤਾ ਖਾਲਸਾਈ ਰਵਾਇਤ ਉਹਨੂੰ ਅਸੀਂ ਸਾਰੇ ਜਣੇ ਸਲੂਟ ਕੀਤਾ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਜਿਹੜਾ 307 ਦਾ ਪਰਚਾ ਕਰਕੇ ਉਹਨਾਂ ਨੂੰ ਅੰਦਰ ਡੱਕਿਆ ਉਹਦੀ ਨਿੰਦਾ ਕਰਦੇ ਹਾਂ ਅਤੇ ਨਾਲ ਦੀ ਨਾਲ ਉੱਥੇ ਇੱਕ ਅੱਜ ਇਹ ਵੀ ਗੱਲ ਸੁਣਨ ਵਿੱਚ ਆਈ ਹੈ ਮੀਟਿੰਗ ਵਿੱਚੋਂ ਕਿ ਕੋਈ ਕਮਲ ਦੇ ਫੁੱਲ ਨੂੰ ਰਿਜ਼ਰਵ ਕੀਤਾ ਜਾ ਰਿਹਾ ਉਹਦੇ ਉੱਤੇ ਰੇਲਵੇ ਸਟੇਸ਼ਨ ਦੀ ਦਿੱਖ ਬਦਲੀ ਜਾ ਰਹੀ ਆ ਬੜੀ ਮੰਦਭਾਗੀ ਆ ਕਿਸੇ ਪਾਰਟੀ ਦਾ ਲੋਗੋ ਜਾਂ ਕਿਸੇ ਸੰਸਥਾ ਦਾ ਲੋਗੋ ਲਾਉਣਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਉੱਥੇ ਮਾਡਲ ਵੀ ਬਣਿਆ ਹੋਇਆ ਦਰਬਾਰ ਸਾਹਿਬ ਦਾ ਉਹਨੂੰ ਢਾਉਣਾ ਉਹਦੇ ਵਾਸਤੇ ਵੀ ਵਿਚਾਰ ਚਰਚਾ ਹੋਈ ਹੈ ਅਤੇ ਤੀਜੀ ਗੱਲ ਇੱਥੇ ਹੋਈ ਆ ਕਿ ਸ਼ਹੀਦ ਊਧਮ ਸਿੰਘ ਹੁਣਾਂ ਦੇ ਜਿਹੜੇ ਬੁੱਤ ਦੇ ਅੱਗੇ ਕਮਰੇ ਵਗੈਰਾ ਪਾਇਆ ਕਮਰਾ ਕੋਈ ਪਾਇਆ ਅਤੇ ਜਲ੍ਹਿਆਂਵਾਲੇ ਬਾਗ ਦੀ ਟਿਕਟ ਲਾਈ ਜਾ ਰਹੀ ਹੈ ਉਹ ਸਾਰਿਆਂ ਮੁੱਦਿਆਂ 'ਤੇ 22 ਤਰੀਕ ਦਾ ਜਿਹੜਾ ਸਮੂਹ ਜਥੇਬੰਦੀਆਂ ਦਾ ਇਕੱਠ ਆ ਦਾ ਸੱਦਾ ਦਿੱਤਾ ਗਿਆ ਅੱਜ ਕਿਉਂਕਿ ਪਿਛਲੇ ਦਿਨੀ ਜਿੱਦਣ ਹੋਇਆ ਠੰਡ ਦਾ ਮੌਸਮ ਹੋਣ ਕਰਕੇ ਥੋੜ੍ਹਾ ਸੰਕੇਤਕ ਮਾਤਰ ਸਿੰਘ ਇਕੱਠੇ ਹੋਏ ਸੀ ਅਤੇ ਅੱਜ ਵੀ ਥੋੜ੍ਹੀ ਗਿਣਤੀ ਵਿੱਚ ਇਕੱਠੇ ਹੋਏ ਆ ਅਤੇ ਇਹ ਇੱਕ ਮਨ ਦੇ ਵਿੱਚ ਸਾਰਿਆਂ ਦੇ ਸੀਗਾ ਵਿਚਾਰ ਸੀਗਾ ਕਿ 22 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਕਿਉਂਕਿ ਜਿਹੜਾ 26 ਤੋਂ ਬਾਅਦ ਦਾ ਪ੍ਰੋਗਰਾਮ ਸਰਕਾਰ ਕਹਿੰਦੀ ਆ ਕਿ ਪ੍ਰਸ਼ਾਸਨ ਸੁਣਨ ਵਿੱਚ ਆਇਆ ਸਿੰਘਾਂ ਨੇ ਦੱਸਿਆ ਕਿ 26 ਤੋਂ ਬਾਅਦ 26 ਤੋਂ ਬਾਅਦ ਵਾਲੀ ਅਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਉਦੋਂ ਤੱਕ ਉਡੀਕ ਨਹੀਂ ਕੀਤੀ ਜਾ ਸਕਦੀ ਇਸ ਕਰਕੇ 22 ਤਰੀਕ ਦਾ ਅਸੀਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੂਹ ਜਥੇਬੰਦੀਆਂ ਨੂੰ ਸੱਦਾ ਦਿੰਦੇ ਹਾਂ ਕਿ ਇੱਥੇ ਅੰਮ੍ਰਿਤਸਰ ਸਾਹਿਬ ਸੰਤੋਖ ਸਰ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਇਕੱਠੇ ਹੋਈਏ ਤਾਂ ਕਿ ਅਗਲੀ ਰਣਨੀਤੀ ਬਣਾ ਕੇ ਅਤੇ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਜਿਹੜਾ ਧੱਕਾ ਕੀਤਾ ਉਹਦੇ ਵਾਸਤੇ ਧੰਨਵਾਦ ਜੀ ਇਸ ਸਨ ਸੁਖਜੀਤ ਸਿੰਘ ਖੋਸਾ ਜਿਹੜੀ ਕਿ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਤਿੰਨ ਮਸਲੇ ਵਿਚਾਰੇ ਗਏ ਆ ਤਿੰਨਾਂ ਮਸਲਿਆਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਜਿਹੜੇ ਕਿ ਬੁੱਤ ਤੋੜੇ ਗਏ ਸੀ ਉਹਨਾਂ ਦੇ ਹੱਕ ਦੇ ਵਿੱਚ ਹੋਈ ਆ ਮੀਟਿੰਗ ਜਿਹੜੇ ਸਿੰਘਾਂ ਨੇ ਬੁੱਤ ਤੋੜੇ ਸੀ ਉਹਨਾਂ ਨੂੰ
ਬਾਜਤ ਬਰੀ ਕਰਨ ਵਾਸਤੇ ਕਿਹਾ ਹੈਗਾ ਵਾ। ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ, ਦਿੱਖ ਬਦਲਣ ਦੇ ਵਿਰੋਧ ਦੇ ਵਿੱਚ ਆ ਕਿ ਉਹਦੀ ਦਿੱਖ ਨਹੀਂ ਬਦਲਣੀ ਚਾਹੀਦੀ ਹੈਗੀ। ਅਤੇ ਜਿਹੜੀ ਮੀਟਿੰਗ ਦੀ ਵਿਸ਼ੇਸ਼ ਗੱਲਬਾਤ ਰਹੀ ਕਿ 22 ਤਰੀਕ ਨੂੰ ਇੱਕ ਵੱਡੀ ਮੀਟਿੰਗ ਆ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਅੱਜ ਨਹੀਂ ਪਹੁੰਚ ਸਕੇ ਉਹ 22 ਤਰੀਕ ਨੂੰ ਉੱਥੇ ਪਹੁੰਚਣਗੇ ਅਤੇ ਉੱਥੇ ਹੀ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ। ਭਾਈ ਸਾਹਿਬ ਆਪਾਂ ਹੋਰ ਵੀ ਗੱਲਬਾਤ ਵੀਰ ਜੀ ਨਾਲ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭਨਾਮ ਜੀ। ਭਾਈ ਲਖਵੀਰ ਸਿੰਘ ਹਾਲਮ ਸੁਲਤਾਨਪੁਰ ਲੋਧੀ ਦੇ ਮੋਰਚੇ ਤੋਂ ਫਤਿਹ ਕਰਕੇ ਹਾਂ, ਉੱਥੇ ਪਵਿੱਤਰ ਸ਼ਹਿਰ ਦਰਜਾ ਦਵਾ ਕੇ ਹਾਂ। ਅਤੇ ਜਿਹੜੀ ਆ ਬੜੀ ਮੰਦਭਾਗ ਗੱਲ ਆ, ਜਿਹੜਾ ਇਹਨਾਂ ਲਾਚਾਰਾਂ ਦੇ ਬੁੱਤ ਗੁਰੂ ਰਾਮਦਾਸ ਦੇ ਰਸਤੇ ਲਾ ਕੇ ਬਾਅਦ ਵਿੱਚ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ, ਜਥੇਬੰਦੀਆਂ ਨੇ ਬੜੇ ਸੰਘਰਸ਼ ਲੜੇ, ਫਿਰ ਸਰਕਾਰਾਂ 'ਤੇ ਕੋਈ ਸਿਰ 'ਤੇ ਜੂ ਨਹੀਂ ਸਰਕੀ। ਜੇ ਨੌਜਵਾਨਾਂ ਨੇ ਦਿਸ਼ਾ ਨਾ ਗੁਰੂ ਰਾਮਦਾਸ ਦਾ ਦਰਦ ਲੈ ਕੇ ਉਹਨਾਂ ਬੁੱਤ ਉੱਥੇ ਭੰਨਣ ਦੀ ਕੋਸ਼ਿਸ਼ ਕੀਤੀ, ਬੁੱਤ ਭੱਜੇ ਨਹੀਂ, ਥੱਲੇ ਪੱਥਰ ਹੀ ਭੱਜਿਆ ਹੈ। ਫਿਰ ਇਹਨਾਂ 307 ਵਗੈਰਾ ਧਾਰਾ ਲਾ ਕੇ ਉਹਨੇ ਪਰਚੇ ਦਰਜ ਕੀਤੇ ਨੇ। ਫਿਰ ਇਹਨਾਂ ਦੀ ਅਸੀਂ ਸਖ਼ਤ ਸ਼ਬਦ ਨਾਲ ਨਿੰਦਾ ਕਰਦਾ ਮੈਂ। ਜਿਹੜੀ ਸਿੰਘਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ, ਉੱਥੇ ਨੰਗੇ ਕੀਤਾ ਗਿਆ, ਉਹਨਾਂ ਕਕਾਰ ਲਾਏ ਗਏ ਨੇ, ਉਹ ਉਦੋਂ ਮੰਦਭਾਗੀ ਆ। ਮੈਂ ਤਾਂ ਇਹ ਵੀ ਮੰਗ ਕਰਾਂਗਾ ਸਾਰੇ ਜਥੇਬੰਦੀਆਂ ਨੂੰ, ਕਹਾਂਗਾ ਉਹ ਸਾਰੀ ਪੰਜਾਬ ਦੀ ਸਰਕਾਰ ਨੂੰ, ਕੈਪਟਨ ਨੂੰ ਅਪੀਲ ਕਰਾਂਗਾ, ਜਿਹੜੇ ਅਫਸਰਾਂ ਨੇ ਉਹਨਾਂ ਸਿੰਘਾਂ ਦੀ ਬੇਅਦਬੀ ਕੀਤੀ ਕਕਾਰਾਂ ਦੀ, ਉਹਨਾਂ 'ਤੇ ਵੀ 295 ਤਹਿਤ ਪਰਚਾ ਦਰਜ ਹੋਣਾ ਚਾਹੀਦਾ ਇਨਕੁਆਇਰੀ ਹੋ ਕੇ। ਅਤੇ ਬੁੱਤ ਜਿਹੜਾ ਸਿੰਘਾਂ ਨੇ ਫੈਸਲਾ ਲਿਆ, ਹੁਣ ਇੱਥੇ ਮੀਟਿੰਗ 'ਚ 22 ਤਰੀਕ ਨੂੰ ਮੀਟਿੰਗ ਹੋ ਰਹੀ ਆ, ਜਿਹੜਾ ਦੱਸਦਾ ਵੀ ਕੌਮ ਮੈਨੂੰ ਹੁਕਮ ਲਾਉਣਗੇ, ਉਹ ਮੈਂ ਹੁਕਮ 'ਤੇ ਫੁੱਲ ਚੜਾਵਾਂਗਾ। ਅੱਗੇ ਵੀ ਸੁਲਤਾਨਪੁਰ ਲੋਧੀ 'ਚ 16 ਦਿਨ ਮੋਰਚਾ ਲਾ ਕੇ ਉਹ ਸ਼ਹਿਰ 'ਚ, ਮੇਰੇ ਕੋਲ ਫੋਟੋ ਵੀ ਆ ਗਈਆਂ ਨੇ, ਉਹਨਾਂ ਠੇਕੇ ਉੱਥੇ ਬੰਦ ਕਰਤੇ ਸਾਰੇ, ਉੱਥੇ ਕਰੇ ਉਹ 16 ਦਿਨ ਰਿਹਾ ਭੁੱਖ ਹੜਤਾਲ 'ਤੇ, ਅਜੇ ਵੀ ਤਬੀਅਤ ਠੀਕ ਨਹੀਂ। ਭਾਈ ਸਾਹਿਬ ਨੇ ਫੋਨ ਕੀਤਾ, ਲਾਜ਼ਮ ਪਹੁੰਚਣਾ, ਮੈਂ ਇੱਥੇ ਪਹੁੰਚਿਆ। ਜਿਹੜਾ ਵੀ ਕੌਮ ਮੈਨੂੰ ਹੁਕਮ ਲਾਊਗੀ, ਮੈਂ ਕੌਮ 'ਤੇ ਹੁਕਮ 'ਤੇ ਫੁੱਲ ਚੜਾਊਂਗਾ ਜੀ। ਬਿਲਕੁਲ ਮੰਦਭਾਗੀ ਗੱਲ ਹੈ, ਅਸੀਂ ਕਦੀ ਵੀ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ, ਸਾਡੇ ਰਸਤਿਆਂ 'ਤੇ ਵਿਚਾਰਾਂ ਦੇ ਬੁੱਤ ਲੱਗਣ ਜਾਂ ਇਹੋ ਜਿਹੇ ਮੰਦ, ਅਸੀਂ ਨਹੀਂ ਕੌਮ ਬਰਦਾਸ਼ਤ ਕਰਦੀ, ਸਾਡੇ ਵਸ ਤੋਂ ਬਾਹਰ ਹੈ ਜੀ। ਪਰਮਜੀਤ ਸਿੰਘ ਕਾਲੀ ਜੁੜ ਚੁੱਕਿਆ ਇਸ ਟਾਈਮ ਸਾਡੇ ਨਾਲ, ਅਤੇ ਲੰਬੇ ਸਮੇਂ ਤੋਂ ਸੰਘਰਸ਼ ਵੀ ਲੜਿਆ ਜਾ ਰਿਹਾ ਇਹ ਨਚਾਰਾਂ ਦੇ ਬੁੱਤ ਹਟਾਉਣ ਵਾਸਤੇ। ਆਪਾਂ ਥੋੜ੍ਹਾ ਪਿੱਛੇ ਵੀ ਝਾਤ ਜ਼ਰੂਰ ਮਾਰਾਂਗੇ ਵੀਰ ਜੀ, ਪਹਿਲਾਂ ਵੀ ਗੱਲ ਉੱਠੀ ਸੀ ਥੋੜ੍ਹਾ ਟਾਈਮ ਪਹਿਲਾਂ, ਪਰ ਉਹ ਠੰਡੇ ਵਸਤੇ 'ਚ ਪੈ ਗਈ ਸੀ। ਦੁਬਾਰਾ ਉਹਨਾਂ ਸਿੰਘਾਂ ਵੱਲੋਂ ਜਿਨ੍ਹਾਂ ਨੇ ਬੁੱਤਾਂ ਨੂੰ ਢਾਇਆ ਗਿਆ, ਉਹਨਾਂ 'ਤੇ ਪਰਚੇ ਹੋਏ ਆ 307 ਦੇ ਪਰਚੇ, ਤੁਹਾਡੀ ਲਗਾਤਾਰ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਰਹੀ ਆ, ਹੁਣ ਕੀ ਕਿਹਾ ਗਿਆ ਅਤੇ ਅੱਜ ਦੀ ਮੀਟਿੰਗ ਦੇ ਵਿੱਚ ਕਿਹੋ ਜਿਹੇ ਫੈਸਲੇ ਲਏ? ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਧੰਨਵਾਦ ਅਕਾਲ ਚੈਨਲ ਦਾ, ਆਪ ਸਭ ਮੀਡੀਆ ਵਾਲੇ ਵੀਰਾਂ ਦਾ, ਤੁਸੀਂ ਸਾਥ ਦੇ ਰਹੇ ਹੋ, ਲੰਬੇ ਸਮੇਂ ਤੋਂ ਸਾਥ ਦੇ ਰਹੇ ਹੋ। ਦੂਸਰੀ ਗੱਲ, ਸਾਲ ਸਾਨੂੰ ਤਾਂ ਲਗਭਗ ਹੋ ਗਿਆ ਮੰਗ ਪੱਤਰ ਦਿੰਦਿਆਂ ਨੂੰ, ਵੈਸੇ ਜਦੋਂ ਦੇ ਬੁੱਤ ਲੱਗੇ ਨੇ ਵਿਰੋਧ ਉਦਾਂ ਹੋ ਰਿਹਾ, ਪਰ ਐਕਟਿਵ ਜੇ ਜ਼ਿਆਦਾ ਐਕਟਿਵ ਦੀ ਗੱਲ ਕਰੀ ਤਾਂ ਸਾਲ ਸਾਨੂੰ ਹੋ ਗਿਆ ਮੰਗ ਪੱਤਰ ਦਿੰਦਿਆਂ ਨੂੰ। ਜੇ ਪ੍ਰਸ਼ਾਸਨ ਇਹ ਕਹੇ ਵੀ ਅਸੀਂ ਮੰਗ ਪੱਤਰ ਨਹੀਂ ਦਿੱਤੇ, ਇਹਨਾਂ ਕੋਲੋਂ ਪੁੱਛਿਆ ਨਹੀਂ ਗਾ, ਜਾਂ ਅਸੀਂ ਆਗਿਆ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਕੁਛ ਵੀ ਜੋ ਵੀ ਬਹਾਨੇ ਸਰਕਾਰਾਂ ਲਾਉਂਦੀਆਂ ਹੁੰਦੀਆਂ ਨੇ, ਅਸੀਂ ਉਹ ਸਾਰਾ ਕਰ ਲਿਆ। ਜਿਹੜਾ ਨੌਜਵਾਨ ਹੈ ਉਹਨੂੰ ਐਕਸ਼ਨ ਦਾ ਰਿਐਕਸ਼ਨ ਹੋਇਆ ਵਾ, ਉਹਦਾ ਕਾਰਨ ਇਹ ਆ ਵੀ ਬੋਲੇ ਕਰਨ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਤਰੀਕਾ ਹੈ ਨਾ, ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ। ਹੁਣ ਜਿਹੜੀ ਗੱਲ ਅਗਲੀ ਆ ਵੀ ਬੁੱਤਾਂ ਦਾ ਵਿਰੋਧ ਕਿਉਂ ਕਰ ਰਹੇ ਹਾਂ, ਆਪਾਂ ਸਾਰੇ ਜਾਣਦੇ ਵੀ ਸਾਡਾ ਇਹ ਵਿਰਸਾ ਨਹੀਂ, ਸਿੱਖ ਸੱਭਿਆਚਾਰ ਨਹੀਂ ਹੈਗਾ। ਅੱਜ ਬੁੱਤ ਇੱਥੇ ਨੇ, ਜੇ ਅੱਜ ਰੋਕਦੇ ਨਹੀਂ ਤਾਂ ਬੁੱਤ ਦਰਬਾਰ ਸਾਹਿਬ ਦੇ ਅੰਦਰ ਜਾਣਗੇ, ਕਿਉਂਕਿ ਹੋ ਰਿਹਾ ਨਾ ਉਹ ਕੰਜਰਪੁਣਾ, ਜੋ ਬਾਹਰ ਦੇਖਦੀ ਹੈ ਲੋਕ ਅਣਜਾਣ ਬੱਚੇ ਨੇ ਸਾਡੇ ਜਿਹੜੇ ਵਿਰਸੇ ਨੂੰ ਟੁੱਟੇ ਹੋਏ ਨੇ, ਉਹ ਅੰਦਰ ਜਾ ਕੇ ਵੀ ਉਹ ਕੰਜਰਪੁਣਾ ਕਰ ਰਹੇ ਨੇ। ਸੋ ਸਾਨੂੰ ਅੱਜ ਇਹਦਾ ਵਿਰੋਧ ਕਰਨਾ ਪੈਣਾ, ਨਹੀਂ ਤਾਂ ਇਹ ਜਿਵੇਂ ਸਾਡੀਆਂ ਯਾਦਗਾਰਾਂ ਖਤਮ ਕੀਤੀਆਂ ਗਈਆਂ ਨੇ, ਜਿਵੇਂ ਦਰਬਾਰ ਸਾਹਿਬ ਵਿੱਚੋਂ ਗੋਲੀਆਂ ਦੇ ਨਿਸ਼ਾਨ ਵੀ ਨਹੀਂ ਹੈਗੇ, ਹੁਣ ਅਕਾਲ ਤਖ਼ਤ ਸਾਹਿਬ ਦੀਆਂ ਜਿਹੜੀਆਂ ਸਿਧਾਂਤ ਸਾਡੇ ਨੂੰ ਖਤਮ ਕੀਤੇ ਜਾ ਰਹੇ ਨੇ, ਇਸੇ ਤਰ੍ਹਾਂ ਸਾਡੀ ਇਹ ਮਾਨਸਿਕ ਨਸਲਕੁਸ਼ੀ ਕੀਤੀ ਜਾ ਰਹੀ ਆ। ਪ੍ਰੋਗਰਾਮ ਦੀ ਜਿਹੜੀ ਗੱਲ ਕਰਦੇ ਹਾਂ ਵੀ ਪ੍ਰੋਗਰਾਮ ਅੱਜ ਜਿਹੜਾ ਦਿੱਤਾ ਗਿਆ ਵਾ, ਮੀਟਿੰਗ ਜਿਹੜੀ ਰੱਖੀ ਗਈ ਸੀ, ਉਹਦੇ ਵਿੱਚ ਅੱਜ 22 ਤਰੀਕ ਦੀ ਜਿਹੜੀ ਫਾਈਨਲ ਕੀਤੀ ਗਈ ਆ, ਜਿਹਦੇ ਵਿੱਚ ਸਮੂਹ ਜਥੇਬੰਦੀਆਂ ਜਿੰਨੀਆਂ ਵੀ ਪੰਥ ਨੂੰ ਸਮਰਪਿਤ ਨੇ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ, ਬੇਸ਼ੱਕ ਕਿਸੇ ਦਾ ਕੋਈ ਵਿਚਾਰਕ ਮਤਭੇਦ 100 ਹੋਊਗਾ, ਪਰ ਇਸ ਮਸਲੇ ਦੇ ਉੱਤੇ ਅਤੇ ਇਹਨੂੰ ਹੱਲ ਕਰਨ ਵਾਸਤੇ 22 ਤਰੀਕ ਰੱਖੀ ਗਈ ਹੈ 12 ਵਜੇ ਗੁਰਦੁਆਰਾ ਸੰਤੋਖਸਰ ਸਾਹਿਬ, ਅਤੇ ਇਹ ਬੇਨਤੀ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਵੀ ਆਪਣਾ ਫਰਜ਼ ਸਮਝਦਿਆਂ ਹੋਇਆਂ ਆਪਣੀਆਂ ਚੌਧਰਾਂ ਨੂੰ, ਆਪਣੀ ਹੋਮੇ ਨੂੰ, ਆਪਣੀਆਂ ਜਥੇਦਾਰੀਆਂ ਨੂੰ ਪਾਸੇ ਰੱਖ ਕੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਵਾਸਤੇ ਇਕੱਠੇ ਹੋਈਏ, ਤਾਂ ਕਿ ਅਸੀਂ ਕੋਈ ਹੱਲ ਕਰ ਸਕੀਏ। ਕਿਉਂਕਿ ਜਿੰਨਾ ਚਿਰ ਅਸੀਂ ਇਕੱਲੇ ਇਕੱਲੇ, ਹੁਣ ਤੁਸੀਂ ਸਾਡੀ ਗੱਲ ਕਰੋ, ਸਾਨੂੰ ਸਾਲ ਹੋ ਗਿਆ, ਅਸੀਂ ਇਕੱਲੇ ਸੀਗੇ, ਜੀਨਸ ਸਾਡੀ ਗਿਣਤੀ ਸੀਗੀ 15-20 ਜਾਣੇ, ਜਿੰਨਾ ਕੁ ਅਸੀਂ ਜ਼ੋਰ ਲਾ ਸਕਦੇ ਸੀ 50 ਬੰਦੇ ਇਕੱਠੇ ਕਰਕੇ ਲਾਉਂਦੇ ਸੀ, ਪਰ ਕੰਨਾਂ ਤੱਕ ਆਵਾਜ਼ ਤਾਂ ਨਹੀਂ ਸਰਕਾਰ ਜਾਂਦੀ। ਉਹਨਾਂ ਨੂੰ ਪਤਾ ਸੀ ਵੀ ਇਹ ਇਕੱਲੇ ਨੇ, ਇਹਨਾਂ ਨੇ ਜਿੰਨਾ ਕੁ ਬੋਲਣਾ ਬੋਲ ਕੇ ਘਰ ਬਹਿ ਜਾਣਾ, ਇਹਨਾਂ ਦਾ ਸਾਥ ਕੋਈ ਦੇ ਨਹੀਂ ਰਿਹਾ। ਈਸਾਈਆਂ ਵਾਲੇ ਮਸਲੇ ਤੋਂ ਤੁਸੀਂ ਦੇਖ ਲਓ, ਹੁਣ ਕਹਿੰਦੀ ਸੁਮਨ ਸਿੰਘ ਦਾ ਹੀ ਮਸਲਾ ਨਵਾਂ ਆਇਆ। ਜਦੋਂ ਅਸੀਂ ਸਾਥ ਨਹੀਂ ਦਿੰਦੇ ਆਪਣੇ ਹੀ ਭੈਣਾਂ ਭਰਾਵਾਂ ਦਾ, ਇਹ ਸੋਚਦੇ ਵੀ ਫਲਾਣੀ ਜਥੇਬੰਦੀ ਦਾ ਕੰਮ ਆ ਤਾਂ ਸਾਨੂੰ ਕੀ ਲੋੜ ਆ ਕਰਨ ਦੀ, ਉਦੋਂ ਅਸੀਂ ਛਿੱਤਰ ਖਾਂਦੇ ਹਾਂ, ਉਹ ਸਾਨੂੰ ਕੁੱਟ ਪੈਂਦੀ, ਫਿਰ ਅਸੀਂ ਪਛਤਾਉਂਦੇ ਹਾਂ, ਫਿਰ ਅਸੀਂ ਰੌਲਾ ਪਾਉਂਦੇ ਹਾਂ। ਮੰਗ ਮਠੂਆਲੇ ਗੁਰਦੇ ਦੀ ਗੱਲ ਕਰ ਲਓ,
ਪਰ ਹੁਣ ਅਸੀਂ ਹਮਲਾ ਜਿਹੜਾ ਹੋਇਆ ਸਾਡੇ 'ਤੇ ਅਸੀਂ ਉਹਦਾ ਮੁਕਾਬਲਾ ਕਿਵੇਂ ਕਰਨਾ ਸਾਡੇ 'ਤੇ ਡਿਪੈਂਡ ਕਰਦਾ, ਆਪਾਂ ਫੈਸਲਾ ਲੈਣਾ। ਸੋ ਇਹ ਫੈਸਲਾ ਜੇ ਲੈ ਗਿਆ ਵਾ ਕਿ ਇਹਨੂੰ ਖੁੱਲ੍ਹੇ ਤੌਰ ਦੇ ਉੱਤੇ ਸੰਗਤ ਨੂੰ ਬੇਨਤੀ ਕੀਤੀ ਜਾਊਗੀ, ਜਥੇਬੰਦੀਆਂ ਦੇ ਆਗੂ ਸਾਹਿਬਾਂ ਨੂੰ ਸੱਦਿਆ ਜਾਊਗਾ, ਅਤੇ ਉਹਦੇ ਲਈ ਇੱਕ ਠੋਸ ਪ੍ਰੋਗਰਾਮ। ਜੇ ਸਰਕਾਰਾਂ ਨਹੀਂ ਕੁਛ ਕਰਦੀਆਂ ਤਾਂ ਫਿਰ ਸੰਗਤ ਆਪ ਉਹਨਾਂ ਬੁੱਤਾਂ ਨੂੰ ਹਟਾਊਗੀ ਉੱਥੋਂ। ਤੁਸੀਂ ਜ਼ਿਕਰ ਕੀਤਾ ਗਿਆਨੀ ਜਸਵੰਤ ਸਿੰਘ ਦਾ, ਗਿਆਨੀ ਜਸਵੰਤ ਸਿੰਘ ਦੇ ਪਰਚਾ ਵੀ ਦਰਜ ਕਰਵਾ ਦਿੱਤਾ ਗਿਆ ਵਾ, ਅਜੇ ਤੱਕ ਸ਼ਾਇਦ ਆਵਾਜ਼ ਨਹੀਂ ਉੱਠੀ ਸਿੱਖ ਜਥੇਬੰਦੀਆਂ। ਬਿਲਕੁਲ ਜੀ, ਅਸੀਂ ਕੱਲ੍ਹ ਅਕਾਲ ਤਖਤ ਸਾਹਿਬ ਮੰਗ ਪੱਤਰ ਦੇ ਕੇ ਆਏ ਹਾਂ ਜੀ ਇਹਦੇ ਹੱਕ ਦੇ ਵਿੱਚ, ਗਿਆਨੀ ਜੀ ਦੇ ਹੱਕ ਦੇ ਵਿੱਚ। ਦੂਸਰਾ, ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਕਿ ਜਿਹੜਾ ਈਸਾਈ ਪ੍ਰਚਾਰਕਾਂ ਦੇ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ, ਉਹਨਾਂ ਦੀਆਂ ਕਿਤਾਬਾਂ ਛਪਦੀਆਂ ਨੇ, ਗੁਰਬਾਣੀ ਦੀ ਦੁਰਵਰਤੋਂ ਕਰਦੇ ਨੇ, ਗੁਰਬਾਣੀ ਦੇ ਅਰਥ ਆਪਣੇ ਮੁਤਾਬਕ ਕਰਦੇ ਨੇ, ਸਿੱਖ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰਦੇ ਨੇ, ਇਹ ਸਭ ਦਾ ਵਿਰੋਧ ਕੀਤਾ। ਅਸੀਂ ਤਾਂ ਲੰਬੇ ਸਮੇਂ ਤੋਂ ਕਰ ਰਹੇ ਹਾਂ, ਦਾਸ ਦੇ ਤੁਹਾਨੂੰ ਪਤਾ ਪਰਚਾ ਵੀ ਹੋਇਆ ਸੀਗਾ, ਉਦੋਂ ਵੀ ਅਸੀਂ ਬਹੁਤ ਜ਼ਿਆਦਾ ਰੌਲਾ ਪਾਇਆ ਸੀ, ਪਰ ਜਦੋਂ ਗੱਲ ਫਿਰ ਉੱਥੇ ਆ ਜਾਂਦੀ ਆ ਅਸੀਂ ਬਾਅਦ 'ਚ ਲਕੀਰ ਪਿੱਟਦੇ ਹਾਂ। ਅਸੀਂ ਕਹਿੰਦੇ ਜੀ ਦੂਜੇ ਧਰਮ ਦਾ ਸਾਡੇ 'ਤੇ ਹੈਵੀ ਹੋ ਰਿਹਾ, ਉਹਨਾਂ ਦਾ ਪ੍ਰਚਾਰ ਵੱਧ ਰਿਹਾ, ਉਹ ਤਾਂ ਕਰ ਰਹੇ ਨੇ, ਅਸੀਂ ਕੀ ਕਰ ਰਹੇ ਹਾਂ? ਇੱਥੇ ਸਵਾਲ ਪੈਦਾ। ਗਿਆਨੀ ਜਸਵੰਤ ਸਿੰਘ ਜੀ ਨੇ ਗੁਰਬਾਣੀ ਅਨੁਸਾਰ ਜੋ ਗੁਰਬਾਣੀ ਕਹਿੰਦੀ ਆ ਉਹਦੇ ਅਨੁਸਾਰ ਉੱਥੇ ਆਪਣੇ ਵਿਚਾਰ ਪ੍ਰਗਟ ਕੀਤੇ, ਉਹਨਾਂ 295 ਦਾ ਪਰਚਾ ਕਰਤਾ। ਅੱਜ ਅਸੀਂ ਗਿਆਨੀ ਦੇ ਨਾਲ ਨਹੀਂ ਖੜਦੇ, ਬਹੁਤ ਵੱਡੀ ਸ਼ਖਸੀਅਤ ਆ, ਉਹਨਾਂ ਦੀ ਬੜੀ ਸੇਵਾ ਵਾ, ਇਹਨੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ। ਅੱਜ ਅਸੀਂ ਗਿਆਨੀ ਨਾਲ ਖੇ ਨਹੀਂ ਖੜਦੇ ਕੀ ਕੱਲ੍ਹ ਨੂੰ ਕੋਈ ਪ੍ਰਚਾਰਕ ਗੁਰਬਾਣੀ ਦੀ ਸਿਧਾਂਤ ਦੀ ਗੱਲ ਕਰੂਗਾ ਉਹ ਡਰੂਗਾ ਯਾਰ, ਜੇ ਮੈਂ ਕੀਤੀ ਮੇਰੇ 'ਤੇ ਪਰਚਾ ਹੋ ਜੂਗਾ, ਕਿਉਂਕਿ ਆਮ ਸਾਹ ਨਹੀਂ ਦਿੰਦੀ। ਸੋ ਸਾਨੂੰ ਲੋੜ ਅੱਜ ਖੜਨ ਦੀ ਉਹਨਾਂ ਨਾਲ, ਜਿਹੜੇ ਬੰਦੇ ਸਿਧਾਂਤਾਂ ਦੀ ਗੱਲ ਕਰਦੇ ਨੇ, ਜਿਹੜੇ ਮਰਿਆਦਾ ਦੀ ਗੱਲ ਕਰਦੇ ਨੇ। ਜੇ ਅੱਜ ਨਹੀਂ ਖੜੇ ਤਾਂ ਕੱਲ੍ਹ ਨੂੰ ਸੱਚ ਬੋਲਣ ਤੋਂ ਹਰ ਕੋਈ ਡਰੂਗਾ। ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਅਤੇ ਵੱਡਾ ਸੰਘਰਸ਼ ਵਿੜਿਆ ਸੀ ਅਤੇ ਲੋਕ ਲਹਿਰ ਉੱਠੀ ਸੀ, ਅਤੇ ਜੇ ਆਪਾਂ ਪੂਰੇ ਰੋਡਾਂ ਦੀ ਗੱਲ ਕਰਦੇ ਹਾਂ ਤਾਂ ਰੋਡਾਂ ਦੇ ਉੱਤੋਂ ਬੋਰਡ ਬਦਲ ਦਿੱਤੇ ਗਏ ਸੀ, ਅਤੇ ਜੇ ਬਰਗਾੜੀ ਮੋਰਚੇ ਦੀ ਗੱਲ ਕਰਦੇ ਹਾਂ ਜਾਂ ਵੱਖ ਵੱਖਰੇ ਮੋਰਚਿਆਂ ਦੀ ਗੱਲ ਕਰਦੇ ਹਾਂ, ਅਤੇ ਜੇ ਪਾਣੀ ਦੇ ਮੋਰਚਿਆਂ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਥਾਂ ਦੇ ਵਿੱਚ ਲੱਖੇ ਸਿਧਾਣੇ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਟਾਈਮ ਦੇ ਉੱਤੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਆ, ਲੱਖਾ ਸਿਧਾਣਾ ਸਪੈਸ਼ਲ ਤੌਰ 'ਤੇ ਉੱਥੇ ਪਹੁੰਚਿਆ ਗਿਆ। ਲੱਖਾ ਸਿਧਾਣਾ ਜੀ ਅੱਜ 3 ਗੱਲਾਂ ਦੇ ਉੱਤੇ ਮੀਟਿੰਗ ਹੋਈ ਅੰਦਰ, ਅਤੇ 22 ਤਰੀਕ ਦਾ ਟਾਈਮ ਲੈ ਲਿਆ ਗਿਆ ਵਾ। ਵੱਖ ਵੱਖਰੇ ਜਥੇਬੰਦੀਆਂ ਕਈ ਚਿਰ ਤੋਂ ਸੰਘਰਸ਼ ਵੀ ਕਰ ਰਹੀਆਂ, ਅਤੇ ਕਈ ਵਾਰ ਬੁੱਤ ਢਾਉਣ ਦੀਆਂ ਅਖਬਾਰੀ ਸੁਰਖੀਆਂ ਵੀ ਬਣੀਆਂ, ਪਰ 10 ਨੌਜਵਾਨਾਂ ਨੇ ਜਿਨ੍ਹਾਂ ਨੇ ਇਹ ਕਦਮ ਪੁੱਟਿਆ ਉਹਨਾਂ 'ਤੇ ਪਰਚਾ ਵੀ ਦਰਜ ਹੋਇਆ, ਕੀ ਕਹਿਣਾ ਚਾਹੁੰਦਾ? ਦੇਖੋ ਵੀਰ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ ਕਿ ਸਾਡਾ ਇਤਿਹਾਸ ਇਸ ਤਰ੍ਹਾਂ ਦਾ ਰਿਹਾ ਕਿ ਅਸੀਂ ਸੰਘਰਸ਼ਾਂ 'ਚ ਹੀ ਰਹੇ ਹਾਂ। ਕੌਮ ਇਤਿਹਾਸ ਜਦੋਂ ਪੜ੍ਹਦੇ ਹਾਂ ਕਿ ਕੌਮ ਜੰਗਲਾਂ 'ਚ ਰਾਤਾਂ ਕੱਟਦੀ ਸੀ, ਛੋਲੇ ਖਾ ਖਾ ਕੇ ਗੁਜ਼ਾਰਾ ਕਰਦੀ ਸੀ, ਘੋੜਿਆਂ ਦੀ ਕਾਠੀਆਂ 'ਤੇ ਸੌਂ ਜਾਂਦੀ ਸੀ, ਤਾਂ ਉਦੋਂ ਸਾਡੇ ਕੋਲ ਕੋਈ ਘਰ ਵਾਰ ਟਿਕਾਣੇ ਨਹੀਂ ਹੁੰਦੇ ਸੀ। ਹੁਣ ਸਾਡੇ ਵੱਡੇ ਵੱਡੇ ਬਿਜ਼ਨਸ ਹੋ ਗਏ ਲੋਕਾਂ ਦੇ, ਵੱਡੇ ਵੱਡੇ ਘਰ ਨੇ, ਵੱਡੀਆਂ ਵੱਡੀਆਂ ਗੱਡੀਆਂ ਨੇ, ਤਾਂ ਉਹ ਜਦੋਂ ਇੰਨਾ ਸਾਡੇ ਕੋਲ ਸੁੱਖ ਆਰਾਮ ਚੈਨ ਆਉਂਦਾ ਨਾ, ਤਾਂ ਫਿਰ ਅਸੀਂ ਸੰਘਰਸ਼ ਕਰਨਾ ਭੁੱਲ ਜਾਂਦੇ ਹਾਂ। ਦੇਖੋ, ਜਿਹੜਾ ਬੰਦਾ ਅੱਜ ਬਹੁਤ ਵਧੀਆ ਰੋਟੀ ਖਾਂਦਾ ਹੱਥ ਨੇ, ਅਤੇ ਗਰਮੀ 'ਚ ਹੀਟਰ ਲਾ ਕੇ ਪੈਂਦਾ, ਅਤੇ ਗਰਮੀ 'ਚ ਏਸੀ ਲਾ ਕੇ ਪੈਂਦਾ, ਅਤੇ ਠੰਡ 'ਚ ਹੀਟਰ ਲਾ ਕੇ ਪੈਂਦਾ, ਅਤੇ ਉਹ ਸੰਘਰਸ਼ ਨਹੀਂ ਫਿਰ ਕਰਦਾ। ਸੰਘਰਸ਼ ਜਾਂ ਤਾਂ ਕਰਦਾ ਜਦੋਂ ਬੰਦੇ ਨੂੰ ਇਹ ਦੇਖਣ ਲੱਗ ਜਾਂਦਾ ਕਿ ਯਾਰ ਹੁਣ ਤਾਂ ਮਰ ਗਏ, ਹੁਣ ਤਾਂ ਪੱਲੇ ਕੁਛ ਨਹੀਂ, ਹੁਣ ਤਾਂ ਇੱਧਰੋਂ ਵੀ ਮਰਨਾ ਹੀ ਹੈ, ਅਤੇ ਲੜ ਕੇ ਮਰ ਜਾਈਏ, ਉਹਦੇ ਨਾਲ ਬਿਹਤਰ ਹੈ। ਅਤੇ ਜਾਂ ਸੰਘਰਸ਼ ਕਰਦਾ ਜਿਹੜਾ ਬੰਦਾ ਜਜ਼ਬਾ ਰੱਖਦਾ, ਜਨੂਨ ਰੱਖਦਾ, ਮੁਹੱਬਤ ਕਰਦਾ, ਪਿਆਰ ਕਰਦਾ ਆਪਦੇ ਸਮਾਜ ਨੂੰ, ਆਪਦੇ ਕੌਮ ਨੂੰ, ਆਪਣੀ ਧਰਤੀ ਨੂੰ, ਆਪਣੇ ਲੋਕਾਂ ਨੂੰ, ਜਾਂ ਫਿਰ ਉਹ ਲੜਦਾ। ਦੋ ਤਰ੍ਹਾਂ ਦੇ ਬੰਦੇ ਲੜਦੇ ਹੁੰਦੇ ਨੇ। ਹੁਣ ਉਹ ਇੱਕ ਤਾਂ ਅਸੀਂ ਇੰਨਾ ਆਰਾਮ ਪ੍ਰਸਤ ਹੋ ਗਏ ਹਾਂ, ਇੰਨੇ ਸਾਡੇ ਕੋਲ ਸੁੱਖ ਸਾਧਨ ਆ ਗਏ ਆ ਕਿ ਅਸੀਂ ਉਹ ਤਾਂ ਭੁੱਲ ਗਏ ਉਹ ਜ਼ਿੰਦਗੀ 'ਚੋਂ। ਅਸੀਂ ਬੜੀ ਹੁਣ ਮੇਰੇ ਅੱਗੇ ਨੂੰ ਉੱਥੇ ਪਤਾ ਕੀ ਜਦੋਂ ਵਾਲਾ ਸੋਚਦਾ ਨਾ ਵੀ ਇੱਥੇ ਬਾ ਕੇ ਜੇਲ੍ਹ ਜਾਣਾ ਪਊ, ਬਸ ਉੱਥੇ ਅਸੀਂ ਘਰੇ ਬਹਿ ਜਾਂਦੇ ਹਾਂ। ਦੂਜੇ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਜਜ਼ਬਾ, ਜਿਹੜਾ ਜਨੂੰਨ ਅੱਗੇ ਕੌਮ ਦੇ ਵਿੱਚ ਸੀਗਾ, ਉਹ ਜਨੂੰਨ ਖਤਮ ਹੋ ਗਿਆ। ਉਹ ਜਨੂੰਨ ਕਿਵੇਂ ਖਾ, ਉਹ ਬੜੇ ਵੱਡੇ ਕਾਰਨ ਨੇ, ਅਲੱਗ ਅਲੱਗ ਕਾਰਨ ਨੇ। ਕਈ ਕਾਰਨਾਂ ਕਰਕੇ ਜਿਹੜਾ ਸਾਡੀ ਨਵੀਂ ਜਵਾਨੀ ਦੇ ਵਿੱਚ ਸਾਡੇ ਬੱਚਿਆਂ 'ਚ ਉਹ ਜਨੂੰਨ ਪੈਦਾ ਹੋਣਾ ਸੀ, ਉਹ ਜਜ਼ਬਾ ਪੈਦਾ ਹੋਣਾ ਸੀ ਕੁਰਬਾਨੀ ਕਰਨ ਦਾ, ਸੰਘਰਸ਼ ਕਰਨ ਦਾ, ਜਾਨਾਂ ਦੇਣ ਦਾ, ਉਹ ਖਤਮ ਹੋਇਆ ਕਿਵੇਂ? ਉਹਨੇ ਬੜੀ ਢਾਲ ਆਈ। ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਸਾਨੂੰ, ਸਾਡੇ ਬੱਚਿਆਂ ਨੂੰ ਅਸੀਂ ਦੱਸ ਹੀ ਨਹੀਂ ਸਕੇ। ਅਸੀਂ ਆਪਣੀ ਜ਼ਿੰਦਗੀ ਨੂੰ ਪੈਸਾ ਇਕੱਠਾ ਕਰਨ ਦੇ 'ਚ ਇੰਨਾ ਰੁਝਾ ਲਿਆ, ਇੰਨਾ ਰੁੱਝ ਗਏ ਅਸੀਂ ਕਿ ਸਾਨੂੰ ਪੈਸਾ ਹੀ ਦਿਖਣ ਲੱਗ ਗਿਆ, ਪੈਸਾ ਹੀ ਪੈਸਾ ਅਸੀਂ ਕਰਨ ਲੱਗ ਗਏ। ਅਸੀਂ ਆਪਣੇ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਸਕੇ, ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕੇ ਕਿ ਸਾਡੇ ਲਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕੀ ਮਹੱਤਵ ਹੈ, ਸਾਡੇ ਲਈ ਬਾਬਾ ਬੰਦਾ ਸਿੰਘ ਕੌਣ ਸੀ, ਸਾਡੇ ਲਈ ਭਾਈ ਬਘੇਲ ਸਿੰਘ ਕੌਣ ਸੀ, ਹਰੀ ਸਿੰਘ ਨਲੂਆ ਕੌਣ ਸੀ, ਭਾਈ ਰਣਜੀਤ ਸਿੰਘ ਕੌਣ ਸੀ, ਜਿਹਨੂੰ ਮਤਲਬ ਕਿ ਦੁਨੀਆ ਦੇ ਵਿੱਚ ਜਦੋਂ ਹੁਣ ਸਰਚਾਂ ਹੋ ਰਹੀਆਂ ਨੇ, ਖੋਜਾਂ ਹੋ ਰਹੀਆਂ ਨੇ ਵਰਲਡ ਵਾਈਡ, ਦੁਨੀਆ ਦੇ ਵਿੱਚ ਉਹਨਾਂ ਨੂੰ 10 ਸ਼ਾਸਕਾਂ ਦੇ ਵਿੱਚ ਨਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਹਰੀ ਸਿੰਘ ਨਲੂਏ ਦਾ ਪਹਿਲੇ 5 ਜਰਨੈਲਾਂ ਦੇ ਵਿੱਚ ਨਾਂ ਆਇਆ। ਸੋ ਐਡੇ ਐਡੇ ਮਹਾਨ ਬੰਦੇ ਹੋਏ ਸਾਡੇ 'ਚ, ਜੋ ਦੱਸਦੇ ਆ ਨਾ ਤਾਂ ਫਿਰ ਅੰਦਰੋਂ ਇੱਕ ਇੱਕ ਮਤਲਬ ਕਿ ਇੱਕ ਲਹਿਰ ਜੀ ਉੱਠਦੀ ਹੈ, ਇੱਕ ਚੀਸ
ਤੇ ਅਸੀਂ ਕਿਉਂ ਨਹੀਂ ਇਹ ਰਾਹ ਤੇ ਚੱਲ ਸਕਦੇ। ਤਾਂ ਉਹ ਗੱਲਾਂ ਸਾਥੋਂ ਬਹੁਤ ਵਿਸਰ ਗਈਆਂ, ਦੂਰ ਹੋ ਗਈਆਂ, ਦੱਸਣ 'ਚ ਅਸੀਂ ਨਾਕਾਮਯਾਬ ਰਹੇ। ਅਸੀਂ ਇਸੇ ਕਰਕੇ ਸਾਡੀ ਜ਼ਬਾਨੀ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਤੁਹਾਡੇ ਵਰਗੇ ਪੱਤਰਕਾਰ ਭਰਾ ਪੁੱਛਦੇ ਆ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਬਾਰੇ ਜਾਂ ਸ਼ਹੀਦਾਂ ਬਾਰੇ, ਉਹਨਾਂ ਦੀਆਂ ਕੁਰਬਾਨੀਆਂ ਬਾਰੇ, ਉਹ ਕਹਿੰਦੇ ਨਹੀਂ ਪਤਾ ਨਹੀਂ ਜੀ। ਉਹ ਉੱਥੇ ਪੁੱਛਦੇ ਆ ਗਾਇਕਾਂ ਬਾਰੇ, ਉਹਨਾਂ ਦੇ ਗੀਤਾਂ ਬਾਰੇ, ਉਹ ਸਾਰਾ ਪਤਾ ਹੈ ਨਾ। ਸੋ ਇਹ ਕਿਤੇ ਨਾ ਕਿਤੇ ਸਾਨੂੰ ਇੱਕ ਸਾਜਿਸ਼ ਦੇ ਨਾਲ ਵੀ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਦੂਰ ਕੀਤਾ ਗਿਆ, ਕਿਉਂਕਿ ਇਹ ਤਾਂ ਬੜੀ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਦੇਖੋ ਜਦੋਂ ਅਕਾਲ ਤਖਤ ਸਾਹਿਬ ਢਾਇਆ ਗਿਆ, ਦਰਬਾਰ ਸਾਹਿਬ ਢਾਇਆ ਗਿਆ 84 ਦੇ ਵਿੱਚ, ਤਾਂ ਇੰਦਰਾ ਜਦੋਂ ਇੱਥੇ ਆਈ ਤਾਂ ਇੰਦਰਾ ਨੇ ਉਹਨੂੰ ਸੰਤਾ ਸਿੰਘ ਦੀ ਡਿਊਟੀ ਲਾ ਕੇ ਉਹਨੂੰ ਪਹਿਲਾਂ ਉਹਦੀ ਮੁਰੰਮਤ ਕਰਵਾਈ। ਉਹ ਕਿਉਂ ਕਰਵਾਈ? ਕਿਉਂਕਿ ਜਦੋਂ ਕੋਈ ਸਾਹਮਣੇ ਸਾਨੂੰ ਚੀਜ਼ ਕੋਈ ਦਿਖਦੀ ਆ ਨਾ, ਜ਼ਖਮ ਨੂੰ ਕਹਿੰਦੇ ਜਦੋਂ ਖਰੀਂਡ ਆ ਜਾਏ ਨਾ, ਤਾਂ ਫਿਰ ਉਹ ਗੱਲ ਨਹੀਂ ਬਣਦੀ। ਜ਼ਖਮ ਕਰੇਦਿਆ ਰਹਿਣਾ ਚਾਹੀਦਾ। ਉਹ ਜ਼ਖਮ ਉਵੇਂ ਜੇ ਦਿਖਦਾ ਰਹੂਗਾ ਤਾਂ ਉਹ ਰੋਜ਼ ਰੋਹ ਪੈਦਾ ਕਰੂਗਾ ਸਾਡੇ 'ਚ, ਰੋਜ਼ ਸਾਡੀ ਅਣਖ ਨੂੰ ਵੰਗਾਰਾਂ ਪਾਊਗਾ ਕਿ ਯਾਰ ਆਹ ਹੋਇਆ। ਹੁਣ ਹਿਟਲਰ ਨੇ ਜੋ ਯਹੂਦੀਆਂ 'ਤੇ ਤਸ਼ੱਦਦ ਕੀਤਾ, ਉਹ ਜਿੰਨਾ ਗੈਸ ਚੈਂਬਰ ਦੀਆਂ ਭੱਠੀਆਂ 'ਚ ਉਹ ਉਹਨਾਂ ਨੂੰ ਮਚਾਉਂਦਾ ਸੀ, ਫੂਕਦਾ ਸੀ, ਖਤਮ ਕਰਦਾ ਸੀ ਮਾਰ, ਉਹ ਸਾਂਭੀਆਂ ਹੋਈਆਂ ਨੇ। ਉਹਨੂੰ ਦੇਖ ਕੇ ਵੀ ਇੱਕੋ ਕੌਮ ਦੇ ਵਿੱਚ, ਯਹੂਦੀਆਂ ਦੇ ਵਿੱਚ ਜਦੋਂ ਉੱਥੇ ਆਉਂਦੇ ਨੇ ਉਹ ਜਰਮਨ ਦੇ ਵਿੱਚ, ਤਾਂ ਉਹ ਦੇਖਦੇ ਨੇ ਸਾਡੇ ਵੱਡ ਵਡੇਰਿਆਂ ਨਾਲ ਆਹ ਹੋਇਆ, ਤਾਂ ਭੁੱਲਦੀ ਨਹੀਂ ਚੀਜ਼। ਉਹ ਜਿੰਨੀਆਂ ਚੀਜ਼ਾਂ ਸਾਨੂੰ ਯਾਦ ਦਿਵਾਉਣਾ ਸੀ ਜਿਹਨਾਂ ਚੀਜ਼ਾਂ ਨੇ, ਉਹ ਸਾਰੀਆਂ ਇਹਨਾਂ ਨੇ ਪੂਰਤੀਆਂ। ਦਰਸ਼ਨੀ ਡਿਉੜੀਆਂ ਢਾਈ ਜਾਂਦੇ ਨੇ, ਫਿਰ ਤੁਸੀਂ ਦੇਖੋ ਚਮਕੌਰ ਦੀ ਕੱਚੀ ਗੜੀ ਖਤਮ ਕਰ ਦਿੱਤੀ ਗਈ, ਦੀਵਾਨ ਟੋਡਰਮੱਲ ਦੀ ਹਵੇਲੀ ਉਹ ਢਹਿ ਢੇਰੀ ਹੋਣ ਜਾ ਰਹੀ ਹੈ, ਕੋਈ ਉਹਦੀ ਸੰਭਾਲ ਨਹੀਂ ਹੋ ਰਹੀ, ਜਲ੍ਹਿਆਂਵਾਲੇ ਬਾਗ ਦੇ ਜਿਹੜੇ ਨਿਸ਼ਾਨ ਆ ਅੰਦਰੋਂ ਖਤਮ ਕੀਤੇ ਜਾ ਰਹੇ ਨੇ, ਹੈ ਨਾ। ਸੋ ਇੱਕ ਇੱਕ ਕਰਕੇ ਉਹ ਚਾਹੁੰਦੇ ਵੀ ਇਹਨੂੰ ਜਮ੍ਹਾਂ ਕੋਰੇ ਕਰ ਦਿਓ। ਸੋ ਇਹਦੇ ਲਈ ਮੈਂ ਸਮਝਦਾ ਕਿ ਸਾਨੂੰ ਅੱਜ ਦੁਬਾਰਾ ਫਿਰ ਉਹ ਇਤਿਹਾਸ ਨੂੰ ਪੜ੍ਹਨ ਦੀ ਲੋੜ ਹੈ, ਜਾਣਨ ਦੀ ਲੋੜ ਹੈ। ਬਹੁਤ ਵੱਡਾ ਇੱਕ ਲੇਖਕ ਇੱਕ ਬੜੀ ਵਧੀਆ ਗੱਲ ਕਹਿੰਦਾ, ਜੇ ਤੁਸੀਂ ਕਹਿੰਦਾ ਬੀਤੇ ਹੋਏ 'ਤੇ ਆਪਣੇ ਇਤਿਹਾਸ 'ਤੇ ਗੋਲੀ ਚਲਾਉਂਦੇ ਆ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ, ਫਿਰ ਉਹ ਕੌਮਾਂ ਚੰਗਾ ਭਵਿੱਖ ਨਹੀਂ ਸਿਰਜਦੀਆਂ। ਹੁਣ ਜਿਹੜਾ ਮਸਲਾ ਗੱਲਬਾਤ ਹੋਈ ਆ, ਜੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਗੱਲ ਕਰਦੇ ਹਾਂ ਜਾਂ ਉਧਰਲੇ ਪਾਸੇ ਰੇਲਵੇ ਸਟੇਸ਼ਨ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਨੌਜਵਾਨਾਂ 'ਤੇ ਪਰਚਾ ਦਰਜ ਹੋ ਚੁੱਕਿਆ ਵਾ ਜਿਨ੍ਹਾਂ ਨੇ ਬੁੱਤ ਤੋੜੇ ਸੀ, ਤਾਂ ਮੈਨੂੰ ਲੱਗਦਾ ਜਿਹੜੀਆਂ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਸੀ ਸ਼ਾਇਦ ਉਹਨਾਂ ਦੇ ਵਿੱਚ ਟਾਲਮਟੋਲ ਕੀਤੀ ਜਾਂਦੀ ਸੀ, ਪਰ ਇਹ 'ਤੇ ਤੁਰੰਤ ਐਕਸ਼ਨ ਲਿਆ ਗਿਆ, ਉਹਨਾਂ ਨੌਜਵਾਨਾਂ 'ਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ। ਦੇਖ ਵੀਰ, ਉੜੀਸਾ ਦੇ ਵਿੱਚ ਮੰਗੂ ਮੱਠ ਢਾ ਦਿੱਤਾ ਗਿਆ ਗੁਰੂ ਘਰ, ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾ ਢਾ ਦਿੱਤਾ ਗਿਆ, ਗਿਆਨ ਗੋਦੜੀ ਗੁਰੂ ਘਰ ਹਰਕੀ ਪੌੜੀ ਉੱਥੇ ਹਰਿਦੁਆਰ ਵਿੱਚ ਢਾ ਦਿੱਤਾ ਗਿਆ, ਖੇੜੇ ਪਰਚੇ ਦਰਜ ਹੋਏ ਨੇ। ਸਾਡੇ ਗੁਰੂ ਘਰਾਂ ਨੂੰ ਅੱਗਾਂ ਵੀ ਲੱਗ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਾਈਆਂ ਗਈਆਂ, ਸਾੜੇ ਗਏ, ਗਲੀਆਂ 'ਚ ਰੋਲਿਆ ਗਿਆ, ਕਿਤੇ ਪਰਚਾ ਦਰਜ ਹੋਇਆ? ਡਰਾਮੇ ਕਰ ਕਰਕੇ ਛੋਟੇ ਮੋਟੀਆਂ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ, ਅਗਲੇ ਬਾਹਰ ਆ ਗਏ। ਜਦੋਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਹੁੰਦਾ, ਕੋਈ ਕਾਰਵਾਈ ਹੁੰਦੀ ਹੈ, ਤਾਂ ਚੱਕ ਕੇ ਨਾਲ ਦੀ ਨਾਲ 307 ਦੇ ਪਰਚੇ ਦਰਜ ਕਰ ਦਿੱਤੇ। 307 ਹੈ ਕਾਦੀ? ਦੱਸੋ, ਕਿਸੇ ਨੂੰ ਇਰਾਦਾ ਕਤਲ ਹੁੰਦੀ ਹੈ 307, ਕਿਹਦਾ ਕਤਲ ਕਰਨ ਦਾ ਇਰਾਦਾ ਧਾਰ ਕੇ ਆਏ ਸੀ ਉਹ? ਬੁੱਤ ਤਾਂ ਯਾਰ ਢਾਏ ਵੀ ਨਹੀਂ, ਬੁੱਤ ਤਾਂਬੇ ਦੇ ਹੀ ਟੁੱਟੇ ਨਹੀਂ ਹੈਗੇ, ਉਹ ਥੱਲਿਓਂ ਥੜੀਆਂ ਹੀ ਢਈਆਂ ਨੇ ਉਹਦੇ ਜਾ ਕੇ। ਕਾਰਨ ਬੜਾ ਸਾਫ਼ ਹੈ ਕਿ ਜਦੋਂ ਕੋਈ ਹੋਰ ਬੰਦਾ ਇਹਦੇ ਲਈ ਉੱਠਦਾ ਆਵਾਜ਼ ਲੱਗਣਾ ਦੇਖਿਓ, ਉਹ ਇਕੱਲੇ ਬੁੱਤ ਹੀ ਢਾਏ ਸੀ, ਇਰਾਦਾ ਕਤਲ ਦਾ ਪਰਚਾ ਦਰਜ ਅਤੇ ਬੰਦੇ ਅੰਦਰ ਹੈ। ਸੋ ਇੱਕ ਦਹਿਸ਼ਤ ਦਾ ਸੁਨੇਹਾ ਦੇਣਾ ਦੂਜੇ ਲੋਕਾਂ 'ਚ ਕਿ ਕੱਲ੍ਹ ਨੂੰ ਕੋਈ ਹੋਰ ਉੱਠੇ ਨਾ, ਇਹ ਅੱਜ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਬਹੁਤ ਸਮੇਂ ਤੋਂ ਸਰਕਾਰਾਂ ਇਹ ਕੰਮ ਕਰਦੀਆਂ ਰਹੀਆਂ ਨੇ। ਪਰ ਮੈਂ ਕਹਿੰਦਾ ਵੀ ਜੇ ਅਸੀਂ ਇੱਕ ਹੋ ਜਾਈਏ ਤਾਂ ਕਿੰਨਿਆਂ ਕਿਤੇ ਪਰਚੇ ਹੋਣਗੇ। ਜੇ ਹੁਣ ਇੱਥੇ ਹੀ ਘੱਟੋ ਘੱਟ 5-10 ਹਜ਼ਾਰ ਬੰਦੇ ਦਾ ਇਕੱਠ ਹੋ ਜਾਏ ਤਾਂ ਕਰੋ ਵੀ ਦੱਸੋ, ਅਸੀਂ 5,000 ਬੰਦਾ ਲੈ ਬੁੱਤ ਢਾਉਣਾ ਆਏ ਹਾਂ, ਤੁਸੀਂ 5,000 ਬੰਦੇ ਨੂੰ ਕਰੋ ਗ੍ਰਿਫਤਾਰ, ਕਰੋ 307 ਜਾਲ ਲਿਜਾਓ, ਕਿਹੜੀਆਂ ਜੇਲ੍ਹਾਂ 'ਚ ਲਿਜਾਂਦੇ। ਪਰ ਸਾਡੇ 'ਚ ਇਹ ਬੜੀ ਵੱਡੀ ਕਮੀ ਰਹੀ ਹੈ, ਜਦੋਂ ਕੋਈ ਇਸ ਤਰ੍ਹਾਂ ਦਾ ਸੰਘਰਸ਼ ਹੁੰਦਾ, ਆਗੂਆਂ ਨੂੰ ਚੱਕ ਕੇ ਪੁਲਿਸ ਜਿਹੜੇ ਡੱਕ ਜਾਂਦੀ ਹੈ, ਦੂਜੇ ਘਰਾਂ 'ਚ ਬਹਿ ਜਾਂਦੇ। ਇਸੇ ਕਰਕੇ ਉਹ ਵੀ ਜਾਣਦੇ ਨੇ ਵੀ ਆਹ ਮੇਨ ਰੌਲਾ ਜਿਹਾ ਪਾਉਣ ਵਾਲੇ, ਇਹਨਾਂ ਨੂੰ ਫੜੋ, ਪਰਚਾ ਦਿਓ, ਅੰਦਰ ਦੇ ਦਿਓ, ਬਾਕੀ ਚੁੱਪ ਨੇ। 22 ਤਰੀਕ ਨੂੰ ਜਿਹੜਾ ਟਾਈਮ ਦਿੱਤਾ ਗਿਆ ਵਾ, ਕੀ ਕਹਿਣਾ ਚਾਹੋਗੇ ਸਮੂਹ ਜਥੇਬੰਦੀ? ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਯਾਰ ਇਹ ਇੱਕ ਜਥੇਬੰਦੀ ਦਾ ਨਹੀਂ, ਇਹ ਕਿਸੇ ਵੱਲੋਂ ਨਹੀਂ ਹੈਗਾ, ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ, ਪੂਰੇ ਪੰਥ ਦਾ ਮਸਲਾ ਹੈਗਾ, ਕੌਮ ਦਾ ਮਸਲਾ ਹੈਗਾ, ਸਾਰਿਆਂ ਨੂੰ ਹੀ ਇਕੱਠੇ ਹੋਣਾ ਚਾਹੀਦਾ 22 ਤਰੀਕ ਨੂੰ, ਅਤੇ ਇੱਕ ਸਾਂਝਾ ਪ੍ਰੋਗਰਾਮ ਦੇਣਾ ਚਾਹੀਦਾ ਅਤੇ ਐਕਸ਼ਨ ਦੇਣਾ ਚਾਹੀਦਾ। ਇਹ ਨਾ ਹੋਵੇ ਵੀ ਯਾਰ ਅਸੀਂ DC ਨੂੰ ਮਿਲਾਂਗੇ, ਅਸੀਂ ਸਰਕਾਰ ਨੂੰ ਮਿਲਾਂਗੇ, ਅਸੀਂ ਵਿਭਾਗ ਨੂੰ ਮਿਲਾਂਗੇ, ਨਹੀਂ ਅਸੀਂ ਇਹ ਐਲਾਨ ਕਰਕੇ ਵੀ ਅਸੀਂ ਤਾਂ ਭਾਈ ਇੰਨੇ ਦਿਨ ਦਿੱਤੇ ਜਾਂਦਾ ਬੁੱਤ ਚੱਕ ਤੋਂ ਨਹੀਂ ਹਟਾਵਾਂਗੇ, ਸਾਡੇ ਬੰਦੇ ਨੇ 307 ਲਾਈ ਉਹ ਤੋੜੋ। ਹਾਂਜੀ, ਲਾਸਟ ਦੇ ਵਿੱਚ ਮੈਂ ਇੱਕ ਜ਼ਰੂਰ ਸਵਾਲ ਕਰੂੰਗਾ, ਕਿਉਂਕਿ ਉਹ ਕੁਐਸਚਨ ਫੇਸਬੁੱਕ ਪੋਸਟਾਂ 'ਤੇ ਵੀ ਹੁੰਦਾ, ਉਹ ਕੁਐਸਚਨ ਸੋਸ਼ਲ ਮੀਡੀਆ 'ਤੇ ਹੁੰਦਾ ਕਿ ਜਦੋਂ ਇਹ ਬੁੱਤ ਬਣੇ ਸੀ ਉਦੋਂ ਹੀ ਕਿਉਂ ਨਹੀਂ ਆਵਾਜ਼ ਬੁਲੰਦ ਹੋਈ? ਹਾਂ, ਇਹ ਨਾ ਸਾਡਾ ਬੜਾ, ਇਹ ਸਾਡੀ ਇੱਕ ਬਦਕਿਸਮਤੀ ਮੈਂ ਕਹੂੰਗਾ ਕਿ ਅਸੀਂ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਉਦੋਂ ਜਾਗਦੇ ਹਾਂ, ਇਹ ਜੇ ਅਸੀਂ ਸਮਾਂ ਰਹਿੰਦੇ ਜਾਗੇ ਹੁੰਦੇ ਤਾਂ ਸਾਡੀ ਹਾਲਤ ਨਹੀਂ ਸੀ ਹੋਣੀ ਜਿਹੜੀ ਅੱਜ ਹੋ ਗਈ।
ਤੋ ਇਹ ਇਹ ਗੱਲ ਉਦੋਂ ਹੀ ਚਾਹੀਦੀ ਸੀ। ਅੱਜ ਤੋਂ 5 ਸਾਲ 4 ਸਾਲ ਪਹਿਲਾਂ ਜਦੋਂ ਵੀ ਬਣਿਆ ਤਾਂ ਉਦੋਂ ਹੀ ਜਿਹੜੀਆਂ ਕੋਈ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਇਹ ਵਿਰੋਧ ਕਰਨਾ ਚਾਹੀਦਾ ਸੀ ਵੀ ਯਾਰ ਇਹ ਨਹੀਂ ਗਲਤ ਬਣ ਰਹੇ ਆ। ਦੇਖੋ ਬਣਾਉਣ ਵਾਲੇ ਨੇ ਬਣਾਤੇ, ਬਾਦਲ ਦੀ ਸਰਕਾਰ ਸੀ, ਸ਼੍ਰੋਮਣੀ ਕਮੇਟੀ ਅਗਲੇ ਦੀ ਸੀ, ਅਗਲੇ ਨੇ ਜੋ ਕਰੀ ਗਏ ਉਹਨਾਂ ਨੇ ਇਹੋ ਜਿਹੀਆਂ ਕਿਤਾਬਾਂ ਵੀ ਉਦੋਂ ਛਾਪੀਆਂ ਸ਼੍ਰੋਮਣੀ ਕਮੇਟੀ ਨੇ, ਜਦੋਂ ਪੂਰੇ ਸਿੱਖ ਇਤਿਹਾਸ ਨੂੰ ਬਦਲਿਆ ਗਿਆ, ਉਹਦੀ ਬਦਲ ਕੇ ਖੋਹੀ ਕੀਤੀ ਗਈ ਇਤਿਹਾਸ ਦੀ, ਤਾਂ ਉਹ ਵੀ ਲੋਕਾਂ ਨੂੰ ਪਤਾ ਨਹੀਂ ਹੈ ਵੀ ਕੀ ਹੋਈ ਜਾਂਦਾ। ਉਹ ਵਿਚਾਰੇ ਥੋੜ੍ਹੇ ਮੋਟੇ ਬਲਦੇਵ ਸਿੰਘ ਸਿਰਸੇ ਵਰਗੇ ਜਿਹੜੇ ਕੋਈ ਹਾਈ ਕੋਰਟ ਸੁਪਰੀਮ ਕੋਰਟ ਕੋਈ ਕੇਸ ਪਾਈ ਬੈਠੇ ਨੇ, ਉਹਨਾਂ ਨੇ ਅਜੇ ਬੁੱਤ ਵੀ ਉਦੋਂ ਬਣਾਏ, ਹੋਰ ਬਥੇਰੇ ਉਹਨਾਂ ਦੇ ਤੁਗਲ ਕੀ ਜਿਹੜੇ ਫਰਮਾਨ ਆਏ ਉਦੋਂ, ਪਰ ਉਦੋਂ ਉਦੋਂ ਮੈਂ ਕਹਿੰਦਾ ਕਿ ਅੱਜ ਵੀ ਸਾਡੇ ਕੋਲ ਸਮਾਂ ਹੈਗਾ, ਜਿੰਨਾ ਮਾੜਾ ਮੋਟਾ ਸਾਡਾ ਕੁਛ ਬਚਿਆ ਉਹਦੇ ਲਈ ਅੱਜ ਵੀ ਜਾਗ ਜੀਏ, ਕਿਉਂਕਿ ਅਗਲਾ ਇਹਨਾਂ ਦਾ ਕਦਮ ਰੇਲਵੇ ਸਟੇਸ਼ਨ ਨੂੰ ਢਾਉਣ ਦਾ, ਉੱਥੇ ਕਮਲ ਦੇ ਫੁੱਲ ਨੂੰ ਇਹ ਦਿੱਖ ਦੇਣ ਜਾ ਰਿਹਾ ਵੀ ਉਹਨੂੰ ਢਾ ਕੇ ਉੱਥੇ ਕਮਲ ਦੇ ਫੁੱਲ ਦੀ ਇੱਕ ਅਸੀਂ ਮਤਲਬ ਕਿ ਉਹਦੀ ਜਿਹੜੀ ਇਮਾਰਤ ਬਣਾਵਾਂਗੇ। ਉਹਦਾ ਹੁਣ ਜੇ ਬੋਲਦੇ ਨੇ ਲੋਕ ਤਾਂ ਪਤਾ ਕੀ ਕਹਿੰਦੇ ਆ, ਆ ਦੇਖੋ ਜੀ ਇਹ ਲੋਕ ਬੋਲਦੇ ਆ ਕਮਲ ਦਾ ਫੁੱਲ ਰਾਸ਼ਟਰੀ ਫੁੱਲ ਹੈ, ਇਹ ਲੋਕ ਦੇਸ਼ ਧਰੋਹੀ ਨੇ। ਅਸਲ ਉਹਨਾਂ ਦਾ ਏਜੰਡਾ ਬੜਾ ਸਾਫ ਹੈ ਕਿ ਪੂਰੇ ਮੁਲਕ ਨੂੰ ਇੱਕੋ ਹੀ ਰੰਗ, ਇੱਕੋ ਹੀ ਦੇਸ਼, ਇੱਕੋ ਹੀ ਬੋਲੀ, ਇੱਕੋ ਹੀ ਧਰਮ, ਇੱਕੋ ਹੀ ਰੰਗ, ਸਾਰੇ ਇੱਕ ਰੰਗ 'ਚ ਰੰਗਣਾ ਚਾਹੁੰਦੇ ਆ। ਪਰ ਇਹ ਮੁਲਕ ਯਾਰ ਬਹੁਤ ਰੰਗਾਂ ਦਾ, ਬਹੁਤ ਜਾਤਾਂ ਦਾ, ਬਹੁਤ ਧਰਮਾਂ ਦਾ, ਇਹ ਗੁਲਦਸਤੇ ਦੇ ਵਿੱਚੋਂ ਇੱਕ ਫੁੱਲ ਕੱਢ ਦੋਗੇ ਤਾਂ ਗੁਲਦਸਤਾ ਖਤਮ ਹੋ ਜਾਂਦਾ। ਸ਼੍ਰੋਮਣੀ ਰਾਗੀ ਸਭਾ ਵੀ ਉਹਨਾਂ ਦੇ ਹੱਕ ਦੇ ਵਿੱਚ ਆਈ ਆ ਮੁੰਡਿਆਂ ਦੇ, 307 ਦੇ ਪਰਚੇ ਰੱਦ ਕਰਾਉਣ ਦੀ ਉਹਨਾਂ ਵੀ ਗੱਲ ਕੀਤੀ ਆ, ਸਮੂਹ ਜਥੇਬੰਦੀਆਂ ਇਕੱਠੀਆਂ ਹੋਈਆਂ। ਸ਼ੁਕਰ ਹੈ, ਚੰਗੀ ਗੱਲ ਹੈ, ਦੇਰ ਆਏ ਦਰੁਸਤ ਆਏ। ਚਲੋ ਹਜ਼ੂਰੀ ਰਾਗੀ ਵੀ ਆਏ ਨੇ, ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦੇ ਜਹਿਦਾਰ ਦਾ ਵੀ ਬਿਆਨ ਆਇਆ ਕਿ ਜੋ ਹੋਇਆ ਗਲਤ ਹੋਇਆ ਬੁੱਤ ਚੱਕਣੇ ਚਾਹੀਦੇ, ਚੰਗੀ ਗੱਲ ਹੈ। ਮੈਂ ਕਹਿੰਦਾ ਜੇ ਇਹ ਇੱਕ ਦੇ ਪਹਿਲਾਂ ਬੋਲੇ ਹੁੰਦੇ, ਮੈਂ ਪਹਿਲਾ ਜਥੇਦਾਰ ਦੇਖ ਰਿਹਾ, ਮੈਂ ਕਈ ਉਹਦੇ ਬਿਆਨ ਸੁਣੇ ਨੇ ਕਿ ਪਹਿਲਾ ਜਥੇਦਾਰ ਆ, ਮੇਰੀ ਸੁੱਤ ਜਿਉਂ ਸੰਭਲੀ ਹੈ ਕਿ ਜਿਹੜਾ ਮਾੜਾ ਮੋਟਾ ਕੋਈ ਯੁਰਤ ਵਾਲੀ ਗੱਲ ਕਰ ਰਿਹਾ, ਅਤੇ ਉਹਦੇ ਇੱਥੋਂ ਤੱਕ ਵੀ ਬਿਆਨ ਹੈ ਵੀ ਜੇ ਸਰਕਾਰ ਕੋਈ ਦਬਾਅ ਪਾ ਕੇ ਮੇਰੇ 'ਤੇ ਫੈਲਾ ਕਰਾਉਣਾ ਚਾਹੂ ਤਾਂ ਮੈਂ ਘਰੇ ਬਹਿ ਜੂੰਗਾ ਜਾ ਕੇ। ਸੋ ਇਹ ਚੰਗਾ ਹੋ ਰਿਹਾ, ਹੌਲੀ ਹੌਲੀ ਸਾਰੇ ਪਾਸੋਂ ਚੰਗਾ ਹੋ ਰਿਹਾ। ਮੋਰਚਿਆਂ 'ਤੇ ਮੈਂ ਗੱਲ ਕਰੂੰਗਾ ਲਾਸਟ ਦੇ ਵਿੱਚ। ਬਰਗਾੜੀ ਮੋਰਚਾ ਹੋਇਆ, ਬਾਪੂ ਸੂਰ ਸਿੰਘ ਦਾ ਮੋਰਚਾ, ਜੇ ਆਪਾਂ ਪਿੱਛੇ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਕੋਆ ਕਿ ਮੋਰਚਿਆਂ ਦੇ ਵਿੱਚੋਂ ਬੜਾ ਕੁਛ ਉੱਭਰ ਕੇ ਸਾਹਮਣੇ ਆਇਆ, ਪਰ ਤੁਹਾਨੂੰ ਲੱਗਦਾ ਕਿ ਇਹ ਇੱਕ ਮੋਰਚਾ 22 ਤਰੀਕ ਨੂੰ ਲਾਉਣ ਜਾ ਰਹੇ ਹੋ, ਫਿਰ ਕਿਤੇ ਬਰਗਾੜੀ ਮੋਰਚੇ ਵਾਂਗੂ ਲੱਤਾਂ ਦੇ ਨਾਲ ਖਿੱਚੀਆਂ ਜਾਣਗੀਆਂ? ਦੇਖੋ ਜਿਹੜੇ ਮੋਰਚੇ ਲੱਗਦੇ ਨੇ, ਮੋਰਚੇ ਸਫਲ ਵੀ ਹੁੰਦੇ ਨੇ, ਮੋਰਚੇ ਅਸਫਲ ਵੀ ਹੁੰਦੇ ਨੇ। ਸੰਘਰਸ਼ ਇਹ ਨਹੀਂ ਹੁੰਦਾ ਕਿ ਆਪਾਂ ਸੰਘਰਸ਼ ਵਿੜਦੇ ਹਾਂ, ਇੱਕੋ ਵਾਰੀ ਸੰਘਰਸ਼ ਕਾਮਯਾਬ ਹੋ ਜੂ, ਕੌਮਾਂ ਨੂੰ ਸਦੀਆਂ ਲੱਗ ਜਾਂਦੀਆਂ ਨੇ ਸੰਘਰਸ਼ ਕਰਦਿਆਂ ਨੂੰ। ਤੁਸੀਂ ਦੇਖੋ ਅੰਗਰੇਜ਼ਾਂ ਦੇ ਖਿਲਾਫ਼ ਜਿਹੜੀ ਲੜਾਈ ਲੜੀ ਗਈ ਸੀ ਆਜ਼ਾਦੀ ਦੀ, ਉਹ ਸ਼ੁਰੂ ਕਰਨ ਵਾਲੇ ਕੋਈ ਹੋਰ ਸੀ, ਬਚਾਲੜਾ ਟਾਈਮ ਕਿਸੇ ਹੋਰ ਨੇ ਲੜਿਆ, ਲੈ ਕੇ ਆਜ਼ਾਦੀ ਹੋਰ ਨੇ ਦਿੱਤੀ, ਮਾਣ ਕੋਈ ਹੋਰ ਰਿਹਾ। ਸੋ ਇਹ ਇਹ ਲੰਮੀਆਂ ਹੁੰਦੀਆਂ ਨੇ ਲੜਾਈਆਂ, ਪਰ ਜਿਵੇਂ ਜਿਵੇਂ ਕੌਮ ਜਾਗਦੀ ਜਾਊਗੀ ਉਵੇਂ ਉਵੇਂ ਰੋਹ ਤਿੱਖੇ ਹੁੰਦੇ ਤੁਰ ਜਾਂਦੇ ਆ, ਉਵੇਂ ਉਵੇਂ ਕੌਮ ਆਪਣੇ ਸੰਘਰਸ਼ਾਂ ਨੂੰ ਸਫਲ ਕਰਦੀ ਤੁਰ ਜਾਂਦੀ ਆ। ਬਰਗਾੜੀ ਮੋਰਚੇ ਦੇ ਵਿੱਚ ਵੀ ਕਈ ਕਾਰਨ ਐਸੇ ਰਹੇ ਕਿ ਮੋਰਚਾ ਅਸਫਲ ਹੋ ਗਿਆ ਜਾਂ ਮੋਰਚਾ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ ਚੱਕਿਆ ਗਿਆ, ਪਰ ਇਹ ਹੈਗਾ ਕਿ ਉਸ ਮੋਰਚੇ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਹੋਇਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਮੋਰਚਾ ਪੂਰੀ ਤਰ੍ਹਾਂ ਹੀ ਫੇਲ ਹੋਇਆ, ਅਸਰ ਜ਼ਰੂਰ ਹੋਇਆ ਉਸ ਮੋਰਚੇ ਦਾ, ਪਰ ਕੁਛ ਆਗੂਆਂ ਕਰਕੇ ਜਿੰਨਾ ਵੱਡਾ ਅਸਰ ਅਸੀਂ ਉਹਦਾ ਚਾਹੁੰਦੇ ਸੀ ਜਾਂ ਅਸੀਂ ਜਿੱਡੀ ਵੱਡੀ ਪ੍ਰਾਪਤੀ ਚਾਹੁੰਦੇ ਸੀ ਹੋ ਸਕਦੀ ਸੀ ਉਹ ਨਹੀਂ ਹੋ ਸਕੀ। ਸੋ ਇਹ ਜੇ ਇੱਥੇ ਕੋਈ ਮੋਰਚਾ ਲੱਗਦਾ 22 ਤਰੀਕ ਨੂੰ ਤਾਂ ਮੈਨੂੰ ਲੱਗਦਾ ਕਿ ਇਹ ਮੋਰਚਾ ਹੁੰਦਾ ਹੀ ਹੈ, ਤਾਂ ਇਹ ਤਾਂ ਸਾਰੇ ਮੋਰਚਿਆਂ ਦੇ ਵਿੱਚ ਬੰਦੇ ਉਹਨਾਂ ਦੇ ਹੁੰਦੇ ਨੇ ਫਿੱਟ ਕੀਤੇ ਵੀ ਮੋਰਚੇ ਨੂੰ ਫੇਲ ਕਿਵੇਂ ਕਰਨਾ। ਸੋ ਮੈਂ ਕਹਿੰਦਾ ਜੇ ਕੋਈ ਮੋਰਚਾ ਲੱਗੂਗਾ ਸਾਰੀਆਂ ਜਥੇਬੰਦੀਆਂ ਦੀ ਜੋ ਸਹਿਮਤੀ ਬਣੂਗੀ, ਤਾਂ ਕਿਉਂਕਿ ਇਹ ਇੱਕ ਵੱਲੋਂ ਨਹੀਂ ਹੈ ਕਿਸੇ ਵੱਲੋਂ, ਜੇ ਮੈਂ ਆਖਾਂ ਮੇਰੇ ਵੱਲੋਂ ਕੋਈ ਹੋਰ ਆਖੇ ਉਹਦੇ ਵੱਲ ਨਹੀਂ, ਇਹ ਸਾਰੀਆਂ ਜਥੇਬੰਦੀਆਂ ਦੀ ਇੱਕ ਸਹਿਮਤੀ ਨਾਲ ਇੱਕ ਸਾਂਝਾ ਮੋਰਚਾ ਲੱਗਣਾ। ਧੰਨਵਾਦ। ਇਹ ਸਾਨੂੰ ਲੱਖਾਂ ਸਧਾਣਾ ਜੀ, ਮੋਰਚਿਆਂ ਦੀ ਗੱਲ ਕੀਤੀ ਕਿ ਮੋਰਚੇ ਲੱਗਦੇ ਵੀ ਆਏ ਆ ਅਤੇ ਮੋਰਚੇ ਅਸਫਲ ਜਾਂ ਸਫਲਤਾ ਵਾਲੇ ਪਾਸੇ ਜਾਂਦੇ ਆ, ਇਹਦੇ ਆਪਾਂ ਵੇਖਦੇ ਹਾਂ। ਜੇ ਬਰਗਾੜੀ ਮੋਰਚੇ ਦੀ ਗੱਲ ਕੀਤੀ ਆ, ਹੁਣ ਦੇ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਇੱਕ ਤਾਜ਼ਾ ਮੋਰਚਾ ਜਿਹੜਾ 22 ਤਰੀਕ ਨੂੰ ਲੱਗਣ ਜਾ ਰਿਹਾ ਹੈਗਾ ਵਾ, ਉਸ ਮੋਰਚੇ ਦੀ ਗੱਲ ਕੀਤੀ ਕਿ ਆਓ ਸਾਰੇ ਇੱਕਜੁੱਟ ਹੋਈਏ, ਇਹ ਲੱਖਾਂ ਸਧਾਣਾ ਨੇ ਕਿਹਾ ਹੈਗਾ ਵਾ। ਜੇ ਪਿੱਛੇ ਦੀ ਗੱਲ ਕਰਦੇ ਹਾਂ, ਉਹਨਾਂ ਕਿਹਾ ਕਿ ਉਸ ਟਾਈਮ ਦੇ ਉੱਤੇ ਜਦੋਂ ਬੁੱਤ ਲੱਗੇ ਸੀ ਉਦੋਂ ਸ਼ਾਇਦ ਅਸੀਂ ਸੁੱਤੇ ਸੀ, ਅੱਜ ਉੱਠ ਕੇ ਸਾਨੂੰ ਪਤਾ ਲੱਗ ਚੁੱਕਾ ਵਾ ਅਤੇ ਅੱਜ ਵੀ ਇੱਕ ਸਹੀ ਸਮਾਂ ਵਾ ਜਿਹਦੇ ਵਿੱਚ ਕਿ ਸਿੰਘ ਸਾਹਿਬ ਦੀ ਗੱਲ ਕੀਤੀ ਹੈਗੀ, ਯਾਨੀ ਹਰਪ੍ਰੀਤ ਸਿੰਘ ਦੀ, ਉਹਨਾਂ ਵੱਲੋਂ ਕਿ ਆਵਾਜ਼ ਉੱਠੀ ਸੀ ਕਿ ਇਹ ਬੁੱਤ ਹਟਣੇ ਚਾਹੀਦੇ ਆ। ਇੱਕ 22 ਤਰੀਕ ਨੂੰ ਸਮੂਹ ਜਥੇਬੰਦੀਆਂ ਦਾ ਇਕੱਠ ਹੋ ਰਿਹਾ ਵਾ ਗੁਰਦੁਆਰਾ ਸੰਤੋਖਸਰ ਦੇ ਵਿੱਚ, ਵੇਖਦੇ ਹਾਂ ਅਗਲਾ ਕਦਮ ਕੀ ਹੋਊਗਾ, ਕਿਹੋ ਜਿਹਾ ਸੰਘਰਸ਼ ਵਿੱਢਿਆ ਜਾਂਦਾ ਵਾ, ਕਿਹੋ ਜਿਹਾ ਮੋਰਚਾ ਲੱਗਦਾ ਉੱਥੇ, ਇਹ ਤਾਂ ਆਉਣਾ ਸਮਾਂ ਦੱਸੂਗਾ। ਇਹ ਸਨ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਤਿੰਨ ਮਸਲੇ 'ਤੇ ਗੱਲਬਾਤ ਕੀਤੀ ਆ, ਇੱਕ ਤਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਬਾਰੇ, ਦੂਜੇ ਪਾਸੇ ਰੇਲਵੇ ਸਟੇਸ਼ਨ 'ਤੇ ਜਿਹੜਾ ਕਿ ਕਮਲ ਦੇ ਫੁੱਲ ਆ ਉੱਥੇ ਬਣਾਇਆ ਜਾ ਰਿਹਾ ਉਹਦੇ ਬਾਰੇ, ਅਤੇ ਤੀਜੀ ਵੱਡੀ ਮੰਗ ਸੀ ਜਿਹੜੇ 307 ਦੇ ਪਰਚੇ ਦਰਜ ਹੋਏ ਆ ਉਹਨਾਂ ਪਰਚਿਆਂ ਨੂੰ ਰੱਦ ਕਰਾਉਣ ਵਾਸਤੇ ਅਤੇ ਨਾਲ ਉੱਥੋਂ ਬੁੱਤ ਹਟਾਉਣ ਵਾਸਤੇ, ਜਿਹੜਾ ਕਿ ਇੱਕ ਸੰਘਰਸ਼ ਵਿੱਢਿਆ ਜਾ 22 ਤਰੀਕ ਨੂੰ। ਮੀਟਿੰਗ